ਜੂਲੀਅਸ ਫਿਊਚਿਕ ਦਾ ਨੋਵਲ ਫਾਂਸੀ ਦੇ ਤਖਤੇ ਤੋਂ ਕਾંડ 6 ਪਾਤਰ ਤੇ ਉਹਨਾਂ ਦੇ ਚਿੱਤਰ ਭਾਗ 2 ਪੰਕਰਾਸਤਸ ਜੇਲ੍ਹ 'ਚ ਦੋ ਜੀਵਨ ਹੁੰਦੇ ਹਨ ਇੱਕ ਕੋਠੜੀਆਂ 'ਚ ਡੱਕਿਆ ਹੋਇਆ ਸਾਰੀ ਦੁਨੀਆ ਤੋਂ ਸ਼ਕਤੀ ਨਾਲ ਨਿਖੇੜਿਆ ਹੋਇਆ ਰਾਜਸੀ ਕੈਦੀਆਂ ਦੇ ਸਬੰਧ ਵਿੱਚ ਫੇਰ ਵੀ ਬੜੀਆਂ ਨੇੜੇ ਦੀਆਂ ਸਾਂਝਾਂ ਰਾਂਈ ਦੁਨੀਆ ਨਾਲ ਜੁੜਿਆ ਹੋਇਆ ਤੇ ਦੂਸਰਾ ਜੀਵਨ ਹੈ ਕੋਠੀਆਂ ਅੱਗੇ ਕਾਲੇ ਲੰਮੇ ਬਰਾਂਡਿਆਂ ਦੇ ਸਾਹ ਕੋਠਵੇਂ ਧੁੰਦਲਕੇਚਰੇਣ ਵਾਲਾ ਜੀਵਨ ਭਾਵੇਂ ਕੋਈ ਛੋਟੇ-ਛੋਟੇ ਜਣੇ ਤੇ ਸ਼ਕਲਾਂ ਨੂੰ ਭਰਦੇ ਨੇ ਪਰ ਇਹਦੇ باوجود ਕੋਠੜੀਆਂ ਵਿੱਚਲੇ ਜੀਵਨ ਤੋਂ ਕਿਤੇ ਵੱਧ ਇਕਲਾਪਤਾ ਤੇ ਨਿਖੜਿਆ ਹੋਇਆ ਹੁਣ ਮੈਂ ਇਸ ਜੀਵਨ ਨੂੰ ਬਿਆਨ ਕਰਨਾ ਚਾਹੁੰਨਾ ਇਸ 'ਚ ਰਹਿਣ ਵਾਲੇ ਜੀਵ ਆਪਣੀ ਕਿਸਮ ਦੇ ਹਨ ਤੇ ਇਹਨਾਂ ਦਾ ਆਪਣਾ ਇਤਿਹਾਸ ਹੈ ਜੇ ਇਸ ਤਰ੍ਹਾਂ ਨਾ ਹੁੰਦਾ ਤਾਂ ਮੈਂ ਕਦੇ ਵੀ ਇਹਨੂੰ ਸਮਝ ਨਾ ਸਕਦਾ ਮੈਨੂੰ ਸਿਰਫ ਰੰਗ ਮੰਚ ਦਾ ਅਗਲਾ ਸਵਾਰਿਆ ਪਾਸੇ ਦਿੱਸਦਾ ਜਿਸ ਤਾਮੂ ਸਾਡੇ ਵਾਲਾ ਸਿਰਫ ਇਹਦੇ ਉੱਪਰਲੀ ਸਖਤ ਅਣਚੁੱਕ ਸਤਾਏ ਨੂੰ ਹੀ ਦੇਖ ਸਕਦਾ ਜੋ ਕੋਠੜੀਆਂ 'ਚ ਰਹਿਣ ਵਾਲਿਆਂ ਨੂੰ ਲਗਾਤਾਰ ਇੱਕੋ ਜੇ ਭਾਰ ਨਾਲ ਦਬਾਈ ਰੱਖਦੀ ਹੈ ਇੱਕ ਸਾਲ ਪਹਿਲਾਂ ਸਗੋਂ 6 ਮਹੀਨੇ ਪਹਿਲਾਂ ਵੀ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਪਰ ਹੁਣ ਮੈਨੂੰ ਦਿਸਦਾ ਹੈ ਇਸ ਸਤਾ ਵਿੱਚ ਥਾਂ ਥਾਂ ਤਰੇੜ ਪਏ ਹਨ ਤੇ ਪਾੜ ਇੰਨੇ ਮੋਕਲੇ ਹਨ ਕਿ ਉਹਨਾਂ ਵਿੱਚੋਂ ਪਾਰ ਤੱਕ ਦੇ ਚਿਹਰੇ ਦੇਖ ਸਕਦੇ ਨੇ ਵਿਚਾਰੇ ਉਤਾਵਲੇ ਚਿਹਰੇ ਜਾਂ ਜੀਬ ਉਦਾਸ ਚਿਹਰੇ ਹਰ ਵਨਗੀ ਦੇ ਚਿਹਰੇ ਪਰ ਹਰ ਚਿਹਰਾ ਕਿਸੇ ਆਦਮੀ ਦਾ ਹੈ ਵੇਲੇ ਦੀ ਹਕੂਮਤ ਦਾ ਪਾਰ ਇਸ ਧੁੰਦਲੀ ਦੁਨੀਆ ਦੇ ਹਰ ਵਾਸੀ ਨੂੰ ਸ਼ਿਕੰਜੇ ਵਾਂਗ ਨਪੀੜਦਾ ਰਹਿੰਦਾ ਹੈ ਤੇ ਇਹ ਨਪੀੜ ਉਹਨਾਂ ਅੰਦਰਲੀ ਨਿੰਮੀ ਤੋਂ ਨਿੰਮੀ ਮਨੁੱਖੀ ਭਾਵਨਾ ਨਤਾਰ ਕੇ ਸਾਹਮਣੇ ਲੈ ਆਉਂਦੀ ਹੈ ਇਹ ਭਾਵਨਾ ਅਕਸਰ ਬਹੁਤ ਥੋੜੀ ਹੁੰਦੀ ਹੈ ਕਈਆਂ 'ਚ ਸਪਸ਼ਟ ਤੌਰ ਤੇ ਹੋਰ ਨਾਲੋਂ ਵੱਧ ਮਨੁੱਖਤਾ ਹੁੰਦੀ ਹੈ ਇਸ ਭਾਵਨਾ ਦੀ ਮਿਕਤਾਰ ਉਹਨਾਂ ਵਿੱਚ ਨਖੇੜਾ ਕਰਦੀ ਹੈ ਤੇ ਇਹਨਾਂ ਦੀਆਂ ਕਿਸਮਾਂ ਵੜਾਉਂਦੀ ਹੈ। ਤੁਹਾਨੂੰ ਇੱਥੇ ਕਈ ਵਾਰ ਸਾਬਤ ਆਦਮੀ ਵੀ ਮਿਲ ਸਕਦੇ ਆ ਪਰ ਇਹਨਾਂ ਨੂੰ ਇੱਕ ਦੂਜੇ ਦੀ ਮਦਦਗਾਰ ਹੋਣ ਵਾਸਤੇ ਇਸ ਹਕੂਮਤ ਦੇ ਦਬਾਅ ਦੀ ਲੋੜ ਨਹੀਂ ਸੀ ਪੈਂਦੀ। ਜੇਲ ਕੋਈ ਖੁਸ਼ੀਆਂ ਦੀ ਥਾਂ ਨਹੀਂ ਪਰ ਕੋਠੀਆਂ ਦੇ ਸਾਹਮਣੇ ਦੀ ਦੁਨੀਆ ਕੋਠੀਆਂ ਤੋਂ ਵਧੇਰੇ ਸੋਗੀ ਹੈ। ਦੋਸਤੀ ਇਹਨਾਂ ਕੋਠੀਆਂ 'ਚ ਵੱਧਦੀ ਹੈ। ਕਿਹੋ ਜੀ ਦੋਸਤੀ? ਦੋਸਤੀ ਜੋ ਮੋਰਚਿਆਂ ਤੇ ਲੰਮੇ ਸਮੇਂ ਲਈ ਜਾਣ ਵਾਲੇ ਖਤਰਿਆਂ 'ਚ ਲੱਭਦੀ ਹੈ। ਜਿੱਥੇ ਅੱਜ ਤੁਹਾਡੀ ਜ਼ਿੰਦਗੀ ਮੇਰੇ ਹੱਥ ਹੋ ਸਕਦੀ ਹੈ ਤੇ ਕੱਲ ਮੇਰੀ ਤੁਹਾਡੇ ਹੱਥ ਪਰ ਇਸ ਹਕੂਮਤ ਦੇ ਪਹਿਰੇਦਾਰਾਂ ਵਿੱਚ ਦੋਸਤੀ ਨਾ ਹੋਣ ਦੇ ਬਰਾਬਰ ਹੈ ਤੇ ਉਹ ਕਾ ਹੀ ਹੋ ਨਹੀਂ ਸਕਦੀ ਉਹ ਕਮੀਨੀ ਕਿਸਮ ਦੇ ਜਸੂਸੀ ਵਾਤਾਵਰਣ ਚ ਘਿਰੇ ਹੋਏ ਹਨ ਉਹ ਇੱਕ ਦੂਸਰੇ ਉੱਤੇ ਭੌਂਕਦੇ ਹਨ ਤੇ ਹਰ ਵੇਲੇ ਇਹਨਾਂ ਨੂੰ ਉਹਨਾਂ ਤੋਂ ਵੀ ਖਬਰਦਾਰ ਰਹਿਣਾ ਪੈਂਦਾ ਜਿਨ੍ਹਾਂ ਨੂੰ ਸਰਕਾਰੀ ਤੌਰ ਤੇ ਇੱਕ ਕਾਮਰੇਡ ਕਹਿੰਦੇ ਹਨ ਜੋ ਉਹਨਾਂ ਵਿੱਚੋਂ ਸਭ ਤੋਂ ਚੰਗੇ ਨੇ ਤੇ ਕਿਸੇ ਸਾਥ ਤੋਂ ਬਿਨਾ ਨਹੀਂ ਰਹਿ ਸਕਦੇ ਉਹਨਾਂ ਨੂੰ ਵੀ ਇਸ ਮਕਸਦ ਲਈ ਕੋਠੜੀਆਂ ਦੀ ਸ਼ਰਨ ਲੈਣੀ ਪੈਂਦੀ ਹੈ ਬੜੇ ਦਿਨਾਂ ਤੱਕ ਅਸੀਂ ਇੱਕ ਦੂਜੇ ਦੇ ਨਾਂ ਵੀ ਨਹੀਂ ਸੀ ਜਾਣਦੇ ਹੁੰਦੇ ਪਰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅਸੀਂ ਆਪਸ ਵਿੱਚ ਬੁਲਾਉਣ ਲਈ ਆਪ ਹੀ ਉਹਨਾਂ ਦੇ ਨਾਂ ਪਾ ਲੈਂਦੇ ਸੀ ਕੁਝ ਨਾਂ ਅਸੀਂ ਪਾਏ ਜੋ ਸਾਡੇ ਤੋਂ ਪਹਿਲੇ ਕੈਦੀਆਂ ਦੀ ਕਾੜ ਸੀ ਤੇ ਕੋਠੜੀ ਨਾਲ ਵਿਰਸੇ ਵਿੱਚ ਹੀ ਸਾਨੂੰ ਮਿਲੇ ਸਨ ਇਨ੍ਹਾਂ ਵਿੱਚੋਂ ਕੁਝ ਨੂੰ ਹਰ ਕੋਠੀ ਵਿੱਚੋਂ ਵੱਖ-ਵੱਖ ਨਾਵਾਂ ਨਾਲ ਸੱਦਿਆ ਜਾਂਦਾ ਸੀ। ਇਹ ਦਰਮਿਆਨੀ ਕਿਸਮ ਦੇ ਲੋਕ ਸਨ, ਨਾ ਤਿੱਤਰ ਨਾ ਬਟੇਰੇ। ਜੋ ਇੱਕ ਕੋਠੀ 'ਚ ਕੁਝ ਵੱਧ ਦੇਣ ਦੇ ਸੰਤ ਦੂਜੀ ਵਿੱਚ ਕੈਦੀ ਦੇ ਮੂੰਹ ਤੇ ਚਪਰੇੜ ਝੜ ਦਿੰਦੇ ਸਨ। ਕੈਦੀਆਂ ਨਾਲ ਵਾਹ ਦੇ ਇਹਨਾਂ ਸਕਿੰਟਾਂ ਦੀ ਛਾਪ ਹੀ ਕੋਠੜੀਆਂ 'ਚ ਰਹਿਣ ਵਾਲਿਆਂ ਲਈ ਅਮਿੱਟ ਹੋ ਜਾਂਦੀ ਹੈ। ਇੱਕ ਪਾਸੜ ਛਾਪ ਹੁੰਦੀ ਹੈ ਜੋ ਨਵੀਆਂ-ਨਵੀਆਂ ਛੇੜਾਂ ਪਾਉਂਦੀ ਹੈ। ਇਹ ਵਾਰੀ ਸਾਰੀਆਂ ਕੋਠੜੀਆਂ ਬੜੀਆਂ ਪਰਤੱਖ ਤੇ ਕੁਝੀਆਂ ਸਿਫਤਾਂ ਕਰਕੇ ਭਾਵੇਂ ਚੰਗੀਆਂ ਹੋਣ ਜਾਂ ਭੈੜੀਆਂ ਸੰਤਰੀਆਂ ਦੀ ਕੋਈ ਛੇੜ ਪਾ ਲੈਂਦੀਆਂ ਨੇ ਆਓ ਇਹਨਾਂ ਪਾਤਰਾਂ ਤੇ ਛਾਤੀ ਮਾਰੀਏ ਇਹਨਾਂ ਛੋਟੀਆਂ-ਛੋਟੀਆਂ ਸ਼ਕਲਾਂ ਨੂੰ ਤੱਕੀਏ ਇਹ ਕੋਈ ਇਤਫਾਕੀਆ ਜੋੜਿਆ ਇਕੱਠ ਨਹੀਂ ਸਗੋਂ ਨਾਜ਼ੀਵਾਦੀ ਰਾਜਨੀਤਿਕ ਫਾਇਦਾ ਇੱਕ ਹਿੱਸਾ ਹੈ ਇਹਨਾਂ ਦੀ ਚੋਣ ਬੜੇ ਧਿਆਨ ਨਾਲ ਕੀਤੀ ਗਈ ਹੈ ਇਸ ਹਕੂਮਤ ਦੇ ਥੰਮ ਨੇ ਇਹੀ ਉਹਨੀਆਂ ਹਨ ਜਿਨ੍ਹਾਂ ਤੇ ਇਹਨਾਂ ਦਾ ਸਮਾਜ ਖੜੋਤਾ ਹੈ ਫਰਸਟ ਏਡ ਵਾਲਾ ਲੰਮਾ ਮੋਟਾ ਉੱਚੀ ਪਰ ਕਮਜ਼ੋਰ ਆਵਾਜ਼ ਵਾਲਾ ਰਿਹੂਜ਼ ਰਿਜ਼ਰਵ ਪੁਲਿਸ ਦਾ ਬੰਦਾ ਹੈ ਉਹ ਰਾਈਨ ਦਰਿਆ ਦੇ ਕੰਢੇ ਵਸੇ ਕੋਲੋਨ ਸ਼ਹਿਰ ਦੇ ਇੱਕ ਸਕੂਲ ਦਾ ਚੌਕੀਦਾਰ ਸੀ ਸਾਰੇ ਜਰਮਨ ਸਕੂਲਾਂ ਦੇ ਚੌਕੀਦਾਰਾਂ ਵਾਂਗ ਉਹਨੇ ਵੀ ਫਰਸਟ ਏਡ ਜ਼ਖਮੀਆਂ ਦੀ ਗੁੰਡਲੀ ਸਿਹਤਾਂ ਦੀ ਸਿੱਖਿਆ ਲਈ ਹੋਈ ਸੀ ਤੇ ਅਕਸਰ ਜੇਲ੍ਹ ਦੇ ਡਾਕਟਰ ਦਾ ਕੰਮ ਵੀ ਕਰਦਾ ਸੀ ਇੱਥੇ ਆ ਕੇ ਮੇਰਾ ਸਭ ਤੋਂ ਪਹਿਲਾ ਵਾ ਉਸੇ ਨਾਲ ਪਿਆ ਸੀ ਉਹਨੇ ਮੈਨੂੰ ਕੋਠੜੀ ਚੁੱਕ ਸੀਟ ਕੇ ਖੱਡੀ ਤੇ ਲਟਾਇਆ ਸੀ ਮੇਰੇ ਜ਼ਖਮਾਂ ਦੀ ਦੇਖਭਾਲ ਕੀਤੀ ਸੀ ਤੇ ਮੇਰੀਆਂ ਪਹਿਲੀਆਂ ਪੱਟੀਆਂ ਕੀਤੀਆਂ ਸਨ ਸ਼ਾਇਦ ਉਹਨੇ ਸੱਚੀ ਮੇਰੀ ਜਾਨ ਬਚਾਉਣ 'ਚ ਮਦਦ ਕੀਤੀ ਸੀ ਇਹ ਤੋਂ ਕੀ ਜ਼ਾਹਰ ਹੁੰਦਾ ਸੀ ਉਹਦੀ ਮਨੁੱਖਤਾ ਜਾਂ ਫਰਸਟ ਏਡ ਦੀ ਸਿੱਖਿਆ ਮੈਨੂੰ ਕੋਈ ਪਤਾ ਨਹੀਂ ਪਰ ਜਦੋਂ ਫੜੇ ਹੋਏ ਯਹੂਦੀਆਂ ਦੇ ਦੰਦ ਭੰਨ ਦਿੰਦਾ ਸੀ ਜਾਂ ਉਹਨਾਂ ਨੂੰ ਰੇਤ ਤੇ ਲੂਣ ਦੇ ਚਮਚੇ ਭਰ-ਭਰ ਕੇ ਦਿੰਦਾ ਹੁੰਦਾ ਸੀ ਜੋ ਉਹਨਾਂ ਦਾ ਸਭ ਰੋਗਾਂ ਦਾ ਦਾਰੂ ਸੀ ਤਾਂ ਨਿਸ਼ਚੈ ਉਹਦੇ ਨਾਜ਼ੀਵਾਦ ਦਾ ਪ੍ਰਗਟਾਵਾ ਹੁੰਦਾ ਸੀ ਸਮਾਰਟੀ ਗਲੜੀ ਤੇ ਰਹਿਮਦਿਲ ਫਾਬੀਅਨ ਪਹਿਲਾਂ ਚੈਸਕਾ ਬੁਦੇਜ਼ੋਵਿਤ ਸੇਵਿਕੇ ਸ਼ਰਾਬ ਕੱਢਣ ਵਾਲੇ ਕਾਰਖਾਨੇ 'ਚ ਡਰਾਈਵਰ ਹੁੰਦਾ ਸੀ ਉਹ ਬੜੀ ਖਿੜੀ ਹੋਈ ਮੁਸਕਰਾਹਟ ਨਾਲ ਰੋਟੀ ਲੈ ਕੇ ਕੋਠੜੀ ਜਾਣ ਵੱਲ ਦਾ ਤੇ ਸਾਨੂੰ ਕਦੇ ਕੋਈ ਤਕਲੀਫ ਨਾ ਦਿੰਦਾ ਤੁਸੀਂ ਇਸ ਗੱਲ ਦਾ ਇਤਬਾਰ ਨਹੀਂ ਕਰੋਗੇ ਕਿ ਘੰਟਿਆਂ ਬੱਧੀ ਕੋਠੜੀ ਦੇ ਦਰਵਾਜ਼ੇ ਤੋਂ ਬਾਹਰ ਸਿਰਫ ਇਸ ਕਰਕੇ ਖਲੋਤਾ ਰਹਿੰਦਾ ਕਿ ਸ਼ਾਇਦ ਸਾਡੀ ਗੱਲਬਾਤ ਵਿੱਚ ਉਹਨੂੰ ਕੋਈ ਅਜਈ ਪਿੰਕ ਪੈ ਜਾਏ ਜੋ ਜਾ ਕੇ ਆਪਣੇ ਵੱਡੇ ਅਫਸਰਾਂ ਦੀ ਕੰਨੀ ਪਾ ਸਕੇ ਕੋਕਲਰ ਉਹ ਵੀ ਬੁੱਧੇ ਜ਼ੋਵਿਤਸੇ ਦੇ ਸ਼ਰਾਬ ਕੱਢਣ ਦੇ ਕਾਰਖਾਨੇ ਵਿੱਚ ਇੱਕ ਮਜ਼ਦੂਰ ਸੀ ਇੱਥੇ ਉੱਥੋਂ ਦੇ ਬਹੁਤ ਸਾਰੇ ਲੋਕ ਹਨ ਇਸ ਸੁਦੇਤਨ ਇਲਾਕੇ ਦੇ ਜਰਮਨ ਮਜ਼ਦੂਰ ਹਨ ਮਾਰਕਸ ਨੇ ਇੱਕ ਵਾਰੀ ਲਿਖਿਆ ਸੀ ਇਸ ਗੱਲ ਦੀ ਕੋਈ ਮਹੱਤਤਾ ਨਹੀਂ ਕਿ ਨਿੱਜੀ ਤੌਰ ਤੇ ਇੱਕ ਮਜ਼ਦੂਰ ਕੀ ਸੋਚਦਾ ਜਾਂ ਕੀ ਕਰਦਾ ਸਭ ਤੋਂ ਮਹੱਤਵ ਵਾਲੀ ਗੱਲ ਇਹ ਹੈ ਕਿ ਮਜ਼ਦੂਰ ਨੂੰ ਇੱਕ ਜਮਾਤ ਦੀ ਹਸિયਤ ਵਿੱਚ ਆਪਣੇ ਇਤਿਹਾਸਿਕ ਫਰਜ਼ ਨੂੰ ਪੂਰਾ ਕਰਨ ਲਈ ਕੀ ਕਰਨਾ ਚਾਹੀਦਾ ਹੈ ਜਿਨ੍ਹਾਂ ਮਜ਼ਦੂਰਾਂ ਨੂੰ ਅਸੀਂ ਇੱਥੇ ਵੇਖਦੇ ਹਾਂ ਆਪਣੇ ਜਮਾਤੀ ਫਰਜ਼ ਤੋਂ ਬਿਲਕੁਲ ਕੋਰੇ ਹਨ ਆਪਣੀ ਜਮਾਤ ਤੋਂ ਨਿਖੇੜ ਕੇ ਤੇ ਇਹਦੇ ਵਿਰੋਧ ਵਿੱਚ ਖਲੋ ਕੇ ਅਸੂਲੀ ਤੌਰ ਤੇ ਉਹ ਹਵਾ 'ਚ ਲਟਕੇ ਹੋਏ ਨੇ ਤੇ ਸ਼ਾਇਦ ਅੰਤ ਨੂੰ ਸਰੀਰਕ ਤੌਰ ਤੇ ਵੀ ਲਟਕ ਜਾਣਗੇ ਉਹ ਚੰਗੀ ਰੋਜ਼ੀ ਕਮਾਉਣ ਲਈ 나ਜ਼ੀਆਂ 'ਚ ਸ਼ਾਮਲ ਹੋਇਆ ਸੀ ਪਰ ਹਾਲਾਤ ਉਹਦੇ ਕਿਆਸ ਨਾਲੋਂ ਕਿਤੇ ਵੱਧ ਗੁੰਝਲਦਾਰ ਨਿਕਲੇ ਉਹਦੀ ਮੁਸਕਰਾਹਟ ਉਦੋਂ ਦੀ ਹਵਾ ਹੋ ਚੁੱਕੀ ਹੈ ਹੁਣੇ 나ਜ਼ੀਆਂ ਦੀ ਜਿੱਤ ਤੇ ਬਾਜ਼ੀ ਲਾਈ ਸੀ ਪਰ ਇਹon ਲੱਗਦਾ ਹੈ ਕਿ ਉਹ ਮਰੀ ਹੋਈ ਘੋੜੇ ਤੇ ਆਪਣਾ ਦਾ ਲਾਬ ਹੈ ਸੀ ਉਹ ਆਪਣੀ ਹਿੰਮਤ ਹਾਰ ਚੁੱਕਾ ਸੀ ਜਦੋਂ ਰਾਤ ਨੂੰ ਖੜਾਕ ਨਾ ਕਰਨ ਇਸ ਵਾਸਤੇ ਸਲੀਪਰ ਪਾ ਕੇ ਵਰਾਂਡੇ 'ਚ ਫਿਰਦਾ ਤਾਂ ਅਚੇਤ ਤੌਰ ਤੇ ਆਪਣੇ ਉਦਾਸ ਖਿਆਲਾਂ ਦੀ ਛਾਪ ਬਿਜਲੀ ਬਤੀਆਂ ਦੀ ਛੇੜ ਤੇ ਪਈ ਧੂੜ ਤੇ ਛੱਡ ਜਾਂਦਾ ਹਰ ਚੀਜ਼ ਸੜਿਆਂ ਛੱਡਦੀ ਹੈ ਉਹਨਾਂ 'ਚੋਂ ਇੱਕ ਤੇ ਉਹਨੇ ਸ਼ਾਇਰਾਨਾ ਅੰਦਾਜ਼ 'ਚ ਲਿਖਿਆ ਤੇ ਖੁਦਕੁਸ਼ੀ ਬਾਰੇ ਸੋਚਿਆ ਦਿਨ ਵੇਲੇ ਉਹ ਕੈਦੀਆਂ ਤੇ ਮੰਤਰੀਆਂ ਦੋਵਾਂ ਉੱਤੇ ਔਖੇ ਸਾਹ ਲੈਂਦਾ ਹੋਇਆ ਘੜਕਦਾ ਰਹਿੰਦਾ ਤੇ ਆਪਣੀ ਹਿੰਮਤ ਕਾਇਮ ਰੱਖ ਰੋਸਲੇਰ ਬੇ ਰਸਤੇ ਭਰੀ ਆਵਾਜ਼ ਵਾਲਾ ਲਿੱਸਾ ਜਿਹਾ ਲੰਮਾ ਆਦਮੀ ਹੈ ਰੋਸਲੇਰ ਉਹ ਇੱਥੇ ਉਹਨਾਂ ਥੋੜੇ ਜੇ ਲੋਕਾਂ ਚੋਂ ਹੈ ਜੋ ਸੱਚੇ ਦਿਲੋਂ ਹੱਸ ਸਕਦੇ ਨੇ ਉਸਾਬਲੋਂ ਨੇ ਤਸਦੀ ਕਪੜਾ ਮਿਲਦਾ ਮਜ਼ਦੂਰ ਸੀ ਤੇ ਕੋਠੜੀ ਜਾ ਕੇ ਘੰਟਿਆਂ ਵੱਦੀ ਬਹਿਸ ਕਰਦਾ ਰਹਿੰਦਾ ਮੈਂ ਇੱਥੇ ਕਿ ਕੂਆ ਗਿਆ 10 ਸਾਲਾਂ ਤੋਂ ਮੈਨੂੰ ਕੋਈ ਬਕਾਇਦਾ ਕੰਮ ਨਹੀਂ ਸੀ ਮਿਲਿਆ ਤੁਸੀਂ ਸਮਝਦੇ ਹੋ ਵੀ ਕਰੋਨਾ ਨਾਲ ਸਾਰੇ ਟੱਬਰ ਦਾ ਹਫ਼ਤਿਆਂ ਵੱਦੀ ਗੁਜ਼ਾਰਾ ਕਰਨ ਵਾਲੀ ਜ਼ਿੰਦਗੀ ਕਿਹੋ ਜੀ ਹੁੰਦੀ ਹੈ ਪਰ ਇਹਨਾਂ ਲੋਕਾਂ ਨੇ ਆ ਕੇ ਕਿਹਾ ਕਿ ਸਾਡੇ ਨਾਲ ਚੱਲੋ ਅਸੀਂ ਤੁਹਾਨੂੰ ਕੰਮ ਦੇਵਾਂਗੇ ਮੈਂ ਚੱਲ ਪਿਆ ਮੈਨੂੰ ਤੇ ਹੋਰ ਕਈਆਂ ਨੂੰ ਵੀ ਕੰਮ ਮਿਲ ਗਿਆ ਹੁਣ ਸਾਨੂੰ ਖਾਣ ਨੂੰ ਰੋਟੀ ਤੇ ਰਹਿਣ ਨੂੰ ਘਰ ਤਾਂ ਮਿਲ ਜਾਂਦਾ ਹੈ ਹੁਣ ਅਸੀਂ ਜਿਉਂਦੇ ਤਾਂ ਰਹਿ ਸਕਦੇ ਹਾਂ ਸਮਾਜਵਾਦ ਹਾਂਏ ਤੋਂ ਕੋਈ ਬਹੁਤਾ ਲਾਭ ਨਹੀਂ ਮੈਂ ਪਹਿਲਾਂ ਹੋਰ ਤਰ੍ਹਾਂ ਕਿ ਆਸਦਾ ਸਾਂ ਪਰ ਜੋ ਪਹਿਲਾਂ ਸਾਡੇ ਕੋਲ ਸੀ ਉਸ ਤੋਂ ਹੁਣ ਚੰਗੇ ਆ ਠੀਕ ਆ ਇਹ ਠੀਕ ਨਹੀਂ ਲੜਾਈ ਮੈਂ ਤਾਂ ਲੜਾਈ ਨਹੀਂ ਚਾਹੁੰਦਾ ਸੀ ਮੈਂ ਨਹੀਂ ਚਾਹੁੰਦਾ ਕਿ ਦੂਸਰੇ ਲੋਕ ਮਰਨ ਮੈਂ ਤਾਂ ਸਿਰਫ ਆਪਣਾ ਜਿਉਣਾ ਚਾਹੁੰਦਾ ਸੀ ਆਪ ਜਿਉਣਾ ਚਾਹੁੰਦਾ ਸੀ ਕੀ ਮੈਂ ਭਾਵੇਂ ਚਾਹੁੰਦਾ ਜਾਂ ਨਹੀਂ ਚਾਹੁੰਦਾ ਪਰ ਲੜਾਈ 'ਚ ਮਦਦ ਜ਼ਰੂਰ ਕਰ ਰਿਹਾ ਹਾਂ। ਹੋਰ ਮੈਂ ਕਰਾਂ ਵੀ ਕੀ? ਕੀ ਮੈਂ ਇੱਥੇ ਕਿਸੇ ਨੂੰ ਕੋਈ ਦੁੱਖ ਦਿੰਦਾ? ਜੇ ਮੈਂ ਚਲਾ ਜਾਵਾਂ ਤਾਂ ਮੇਰੀ ਥਾਂ ਹੋਰ ਲੋਕ ਆ ਜਾਣਗੇ ਜਿਹੜੇ ਸ਼ਾਇਦ ਵੱਧ ਭੜੇ ਹੋਣਗੇ। ਇਹਦੇ ਨਾਲ ਕਿਸੇ ਨੂੰ ਕੋਈ ਫਾਇਦਾ ਹੋਏਗਾ? ਲੜਾਈ ਮਗਰੋਂ ਮੈਂ ਆਪਣੇ ਕਾਰਖਾਨੇ ਨੂੰ ਵਾਪਸ ਪਰਤ ਜਾਵਾਂਗਾ। ਚੈਕੋ ਸਲੋਵਾਕੀਆ ਦਾ ਸਿੱਕਾ ਤੁਹਾਡੇ خیال 'ਚ ਕੌਣ ਜਿੱਤੇਗਾ? ਅਸੀਂ ਨਹੀਂ ਜਿੱਤਾਂਗੇ। ਤੁਸੀਂ ਜਿੱਤੋਗੇ। ਫਿਰ ਸਾਡਾ ਕੀ ਬਣੇਗਾ? ਸਾਡਾ ਖਾਤਮਾ ਹੋ ਜਾਏਗਾ। ਇਹ ਤਾਂ ਬਹੁਤ ਪਿਆੜੀ ਗੱਲ ਹੈ ਮੇਰਾ ਤਾਂ ਖਿਆਲ ਕੁਝ ਹੋਰ ਹੀ ਸੀ ਤੇ ਉਹ ਲੰਮੇ ਲੰਮੇ ਉਦਾਸ ਕਦਮ ਪੁੱਟਦਾ ਹੋਇਆ ਕੋਠੜੀ ਵਿੱਚ ਛੱਡ ਕੇ ਚਲਾ ਜਾਂਦਾ ਹੈ ਅੱਧੇ ਘੰਟੇ ਵਿੱਚ ਉਹ ਫਿਰ ਸਵਾਲ ਲੈ ਕੇ ਆ ਜਾਂਦਾ ਹੈ ਕਿ ਅਸਲ 'ਚ ਸੋਵੀਅਤ ਰੂਸ ਵਿੱਚ ਹਾਲਤ ਕਿ ਹੋ ਜਈ ਹੈ ਉਹ ਇੱਕ ਦਿਨ ਸਵੇਰੇ ਅਸੀਂ ਪੰਕਰਤਸ ਦੇ ਵੱਡੇ ਬਰਾਂਡੇ ਵਿੱਚ ਪੇਚਾ ਇਮਾਰਤ ਵਿੱਚ ਪੇਸ਼ੀ ਲਈ ਲਜਾਈ ਜਾਣ ਦੀ ਉਡੀਕ 'ਚ ਖੜੇ ਸੀ ਇੱਥੇ ਸਾਨੂੰ ਹਰ ਰੋਜ਼ ਕੰਧ ਨਾਲ ਆਪਣੇ ਮੱਥੇ ਜੋੜ ਕੇ ਖੜੋਣਾ ਪੈਂਦਾ ਸੀ ਤਾਂ ਕਿ ਕੋਈ ਵੇਖ ਨਾ ਸਕੇ ਕਿ ਸਾਡੇ ਪਿੱਛੋਂ ਕੀ ਹੋ ਰਿਹਾ ਸੀ ਉਸ ਦਿਨ ਮੈਂ ਇੱਕ ਨਵੀਂ ਆਵਾਜ਼ ਸੁਣੀ ਮੈਂ ਕੁਝ ਨਹੀਂ ਵੇਖਣਾ ਚਾਹੁੰਦਾ ਮੈਂ ਕੁਝ ਨਹੀਂ ਸੁਣਨਾ ਚਾਹੁੰਦਾ ਤੁਸੀਂ ਮੈਨੂੰ ਨਹੀਂ ਜਾਣਦੇ ਪਰ ਜਾਣ ਜਾਓਗੇ ਮੈਨੂੰ ਹਸ ਆ ਗਿਆ ਇਸ ਭੁਲੇਖੇ ਬਾਰੇ ਚੰਗਾ ਸਿਪਾਹੀ ਸ਼ਵੇਕ ਨਾਂ ਦੀ ਕਿਤਾਬ ਦੇ ਉਸ ਮੂਰਖ ਲਫਟੈਨ ਡੂਬ ਦੀ ਟੂਕੜੀ ਟੁਕਮੀ ਸੀ ਹੁਣ ਤੱਕ ਕਿਸੇ ਨੇ ਮਖੌਲ ਨੂੰ ਇੰਨੇ ਜ਼ੋਰ ਨਾਲ ਦੁਹਰਾਨ ਦੀ ਜ਼ਰਤ ਨਹੀਂ ਸੀ ਕੀਤੀ ਕਤਾਰ 'ਚ ਖੜੇ ਮੇਰੇ ਤਜਰਬੇਕਾਰ ਗਵਾਂਡੀ ਦੀ ਟੋਕ ਨੇ ਮੈਨੂੰ ਹੱਸਣਾ ਬੰਦ ਕਰਨ ਲਈ ਕਿਹਾ ਕਿਉਂਕਿ ਹੋ ਸਕਦਾ ਮੈਨੂੰ ਗਲਤੀ ਲੱਗੀ ਹੋਵੇ ਤੇ ਇਹ ਗਲਮਖੋਲ ਵਾਂਗ ਨਾ ਕਹੀ ਗਈ ਹੋਵੇ ਤੇ ਇਹ ਮਖੌਲ ਵਾਂਗ ਹੈਵੀ ਨਹੀਂ ਸੀ ਜਿਹਦੀ ਆਵਾਜ਼ ਅਸੀਂ ਸੁਣੀ ਉਹ ਨਾਜ਼ੀ ਪੁਲਿਸ ਦੀ ਵਰਦੀ 'ਚ ਛੋਟੀ ਜਿਹੀ ਸ਼ੈ ਸੀ ਜਿਹਨੂੰ ਨਿਸ਼ਚੈ ਸ਼ਵੇਕ ਦੀ ਲਿਖਤ ਬਾਰੇ ਕੋਈ ਗਿਆਨ ਨਹੀਂ ਹੋਏਗਾ ਲਫਟਾਂ ਡੂਬ ਵਾਂਗ ਇਸ ਕਰਕੇ ਬੋਲ ਰਿਹਾ ਸੀ ਕਿਉਂਕਿ ਉਸ ਨਾਲ ਉਹਦੀ ਕੋਈ ਰੋਹਾਨੀ ਸਾਂਝ ਸੀ ਉਹਦਾ ਨਾਮ ਵਿਥਾਨ ਸੀ ਤੇ ਵਿਥਾਨ ਨਾਂ ਦੇ ਹੀਟ ਐਕਸਲ ਵਾਕਫਾਦ ਵਿੱਚ ਬਹੁਤ देर ਸਰਜੈਂਟ ਰਿਹਾ ਸੀ ਉਹ ਠੀਕ ਹੀ ਕਹਿੰਦਾ ਸੀ ਅਸੀਂ ਉਹਨੂੰ ਬਿਲਕੁਲ ਚੰਗੀ ਤਰ੍ਹਾਂ ਜਾਣ ਗਏ ਤੇ ਅਸੀਂ ਉਹਦੇ ਵਾਸਤੇ ਇੱਕ ਲਫ਼ਜ਼ ਉਹ ਤੋਂ ਬਿਨਾ ਕੋਈ ਸ਼ਬਦ ਨਹੀਂ ਸੀ ਵਰਤਦੇ ਸੱਚੀ ਗੱਲ ਤਾਂ ਇਹ ਹੈ ਕਿ ਅਸੀਂ ਉਹਦੇ ਲਈ ਕੋਈ ਚੰਗਾ ਜਿਹਾ ਨਾਂ ਲੱਭਣ 'ਚ ਬਿਲਕੁਲ ਅਸਫਲ ਰਹੇ ਜੋ ਮੂਰਖਤਾ ਨੀਚਤਾ ਵਧੀਆਪਣ ਦੇ ਅਹਿਸਾਸ ਤੇ ਬੁਰਾਈ ਦਾ ਜੀ ਮਿਸ਼ਰਣ ਸੀ ਤੇ ਉਹ ਪੰਕਰਤਸ ਦੇ ਨਿਜ਼ਾਮ ਤੇ ਦੇ ਵੱਡੇ ਥੰਮਾਂ ਵਿੱਚੋਂ ਇੱਕ ਸੀ ਕਿ ਜਦੋਂ ਅਸੀਂ ਇਹਨਾਂ ਬੌਣੇ ਕਮੰਡੀ ਤੇ ਖੁਦਗਰਜ਼ ਲੋਕਾਂ ਨੂੰ ਇਹਨਾਂ ਦੀ ਸਭ ਤੋਂ ਨਾਜ਼ੁਕ ਥਾਂ ਤੇ ਚੋਟ ਲਾਉਣਾ ਚਾਹੁੰਦੇ ਤਾਂ ਕਹਿੰਦੇ ਉਹ ਤੇ ਸੂਰ ਦੇ ਗੋਡਿਆਂ ਤੱਕ ਵੀ ਨਹੀਂ ਅਪੜਦਾ ਜਿਸ ਆਦਮੀ ਨੂੰ ਆਪਣਾ ਕੱਦ ਛੋਟਾ ਹੋਣਾ ਇਹਨਾਂ ਦੁਖਦਾਈ ਲੱਗਦਾ ਹੋਵੇ ਉਹ ਮਾਨਸਿਕ ਤੌਰ ਤੇ ਕਿੰਨਾ ਖੋਚਾ ਹੋਏਗਾ ਵੀ ਤੁਹਾਨੂੰ ਇਹਦਾ ਬੜਾ ਦੁੱਖ ਸੀ ਤੇ ਇਸੇ ਦੁੱਖ ਕਰਕੇ ਆਪਣੇ ਨਾਲੋਂ ਸਰੀਰਕ ਤੇ ਦਿਮਾਗੀ ਤੌਰ ਤੇ ਵੱਡੇ ਕੋਲੋਂ ਅਰਥਾਤ ਹਰ ਇੱਕ ਕੋਲੋਂ ਬਦਲਾ ਲੈਂਦਾ ਸੀ ਮਾਰਕੁਟਾਈ ਨਾਲ ਨਹੀਂ ਇੰਨੇ ਜੋਗੀ ਤਾਂ ਉਸ ਚ ਹਿੰਮਤ ਹੀ ਨਹੀਂ ਸੀ ਸਗੋਂ ਜਸੂਸੀ ਤੇ ਦੂਜਿਆਂ ਦੀ ਚੁਗਲੀ ਕਰਦੇ ਵਿਥਾਨ ਦੀਆਂ ਮਨਘੜਤ ਕਹਾਣੀਆਂ ਕਰਕੇ ਕਿੰਨੇ ਆਦਮੀਆਂ ਨੂੰ ਆਪਣੀ ਸਿਹਤ ਤੋਂ ਹੱਥ ਧੋਣੇ ਪਏ ਉਹਨਾਂ ਜੋ ਕਿੰਨਿਆਂ ਨੂੰ ਜਾਨ ਵੀ ਦੇਣੀ ਪਈ ਕਿਉਂਕਿ ਜਦੋਂ ਤੁਸੀਂ ਪੰਕਰਤਸ ਤੋਂ ਕਿਸੇ ਕੰਸੈਂਟਰੇਸ਼ਨ ਕੈਂਪ ਵਿੱਚ ਭੇਜੇ ਜਾਓ ਤਾਂ ਜੇ ਤੁਹਾਨੂੰ ਪੰਕਰਤਸ ਤੋਂ छुटਕਾਰਾ ਮਿਲ ਵੀ ਜਾਏ ਤਾਂ ਤੁਹਾਡੇ ਕਾਰਡ ਤੇ ਜੋ ਲਿਖਿਆ ਹੁੰਦਾ ਉਸ ਨਾਲ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ ਜਦੋਂ ਆਪਣੇ ਵੱਡਪਣ ਦੇ ਜਨੂਨ ਹੇਠ ਵਰਾਂਡੇ ਚ ਕੜਕੜ ਕੇ ਤੁਰਦਾ ਤਾਂ ਉਥੇ ਬਹੁਤ ਹੱਸਾ ਹੁੰਦਾ ਉਹਨੂੰ ਵੇਖਣ ਵਾਲਾ ਭਾਵੇਂ ਕੋਈ ਵੀ ਨਾ ਹੋਵੇ ਉ ਤਾਂ ਵੀ ਆਕੜ-ਆਕੜ ਕੇ ਤੁਰਦਾ ਸੀ ਤੇ ਜਦੋਂ ਕਿਸੇ ਆਦਮੀ ਨੂੰ ਮਿਲਦਾ ਹੈ ਉਹਨੂੰ ਕਿਸੇ ਚੀਜ਼ ਤੇ ਚੜ ਕੇ ਉੱਚਾ ਹੋਣ ਦੀ ਲੋੜ ਪਾਸਦੀ ਹੈ ਸਾਡੇ ਵਿੱਚੋਂ ਕਿਸੇ ਨੂੰ ਸਵਾਲ ਕਰਨ ਸਮੇਂ ਉਹ ਕੁਰਸੀ ਦੀ ਬਾਹੀ ਤੇ ਬਹਿ ਜਾਂਦਾ ਤੇ ਔਖਾ ਹੋ ਕੇ ਵੀ ਉਥੇ ਇੱਕ ਘੰਟਾ ਬਹਿ ਸਕਦਾ ਕਿਉਂਕਿ ਇਸ ਤਰ੍ਹਾਂ ਉਹ ਸਾਡੇ ਨਾਲੋਂ ਰੱਤਾ ਕੁ ਉੱਚਾ ਰਹਿੰਦਾ ਹੈ ਸਾਡੇ ਦਾੜੀ ਮਨਾਉਣ ਵੇਲੇ ਜਦੋਂ ਡਿਊਟੀ ਤੇ ਹੁੰਦਾ ਜਾਂ ਤਾਂ ਕਿਸੇ ਪੌੜੀ ਤੇ ਜਾ ਖੜੋਂਦਾ ਤੇ ਜਾਂ ਬੈਂਚ ਉੱਤੇ ਹੀਠਾਂ ਉੱਪਰ ਪਰੇਟ ਕਰਦਾ ਰਹਿੰਦਾ ਤੇ ਆਪਣਾ ਆਪਣੇ ਮਨ ਪਸੰਦ ਸ਼ਬਦ ਦੁਹਰਾਉਂਦਾ ਮੈਂ ਕੁਝ ਵੇਖਣਾ ਨਹੀਂ ਚਾਹੁੰਦਾ ਮੈਂ ਕੁਝ ਸੁਣਨਾ ਨਹੀਂ ਚਾਹੁੰਦਾ ਤੁਸੀਂ ਮੈਨੂੰ ਨਹੀਂ ਜਾਣਦੇ ਸਵੇਰ ਦੀ ਵਰਜਿਸ਼ ਵੇਲੇ ਓਕਾ ਦੇ ਮੈਦਾਨ ਦੇ ਉਸ ਛੋਟੇ ਜਿਹੇ ਟੁਕੜੇ ਉੱਤੇ ਜਾ ਖੜੋਂਦਾ ਜਿੱਥੇ ਉਹ ਵੇੜੇ ਦੇ ਬਾਕੀ ਥਾਵਾਂ ਨਾਲੋਂ 4 ਇੰਚ ਉੱਚਾ ਹੋ ਜਾਂਦਾ ਕੋਠੜੀ 'ਚ ਆਪਣੀ ਸੰਜੀਦਗੀ ਨਾਲ ਦਾਖਲ ਹੁੰਦਾ ਹੈ ਜਿਵੇਂ ਕੋਈ ਰਾਜਾ ਮਹਾਰਾਜਾ ਹੋਵੇ ਤੇ ਝਾਟੇ ਕੁਰਸੀ ਤੇ ਚੜ ਜਾਂਦਾ ਹੈ ਤਾਂ ਕਿ ਠੀਕ ਉੱਚੀ ਥਾਂ ਤੋਂ ਮੌਂਹਨਾ ਕਰ ਸਕੇ ਉਹਨੂੰ ਵੇਖ ਕੇ ਬਹੁਤ ਹਾਸਾ ਆਉਂਦਾ ਹੈ ਪਰ ਜਦੋਂ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਆਉਂਦਾ ਹੈ ਤਾਂ ਹਰ ਸਰਕਾਰੀ ਅਹੁਦੇ ਵਾਲੇ ਮੂਰਖ ਵਾਂਗ ਉਹ ਵੀ ਬੜਾ ਖਤਰਨਾਕ ਬਣ ਜਾਂਦਾ ਹੈ ਉਹਦੀ ਮੂਰਖਤਾ ਵਿੱਚ ਇੱਕ ਸਿਆਣਪ ਲੁਕੀ ਹੋਈ ਹੈ ਰਾਈ ਦਾ ਪਹਾੜ ਬਣਾਉਣ ਦੀ ਸਿਆਣਪ ਫालतू ਕੁੱਤੇ ਦੇ ਕੰਮ ਤੋਂ ਛੋਟੋ ਹੋਰ ਕੁਝ ਨਹੀਂ ਜਾਣਦਾ ਇਸ ਲਈ ਕਾਇਦੇ ਕਾਨੂੰਨ ਤੋਂ ਜ਼ਰਾ ਵੀ ਇਧਰ ਉਧਰ ਹੋਣਾ ਉਹਦੇ ਲਈ ਇੱਕ ਬੜੀ ਵੱਡੀ ਚੀਜ਼ ਹੈ ਉਦੀ ਆਪਣੀ ਵਿੜਾਈ ਦੀ ਮੀਚ ਦੀ ਇੱਕ ਚੀਜ਼ ਬਣ ਜਾਂਦਾ ਹੈ ਜੇਲ੍ਹ ਦੇ ਨਿਯਮਾਂ ਤੇ ਹੁਕਮਾਂ ਦੀ ਭੋਰਾ ਵੀ ਉਲੰਘਣਾ ਹੋਣ ਦਾ ਅਰਥ ਉਹ ਇਸ ਤਰ੍ਹਾਂ ਕੱਢਦਾ ਹੈ ਕਿ ਆਪਣੇ ਆਪ ਨੂੰ ਦੱਸ ਸਕੇ ਕਿ ਉਹ ਵੀ ਕੁਝ ਹੈ ਤੇ ਇੱਥੇ ਕਿਸੇ ਨੂੰ ਵਕਤ ਪਿਆ ਹੋਇਆ ਹੈ ਕਿ ਉਹਦੇ ਲੈ ਇਲਜ਼ਾਮਾਂ ਵਿੱਚਲੀ ਸੱਚਾਈ ਦਾ ਪਤਾ ਲਾਵੇ ਸਮੇਤੋਂਸ ਸਮੇਤ ਉਸ ਦਾ ਪਾਰਾ ਸਰੀਰ ਬੁੱਧੂ ਜੇ ਮੂੰਹ ਤੇ ਖੁਸ਼ਕ ਅੱਖਾਂ ਗਰੋਥ ਜੇ ਵਾਹੀ ਨਾਜੀ ਸਿਪਾਈਆਂ ਦੇ ਕਾਰਟੂਨ ਦਾ ਜਿਹਾ ਦਾ ਰੂਪ ਲੱਗਦਾ ਉਪਰਵੀ ਪ੍ਰਸ਼ੀਆ ਦੀ ਲਿਤੂਵਾਨੀਆਂ ਨਾਲ ਲੱਗਦੀ ਸਰਹੱਦ ਦੇ ਨੇੜੇ ਤੇੜੇ ਕਿਤੇ ਗਊਆਂ ਪਾਲਦਾ ਹੁੰਦਾ ਸੀ ਪਰ ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ ਗਊ ਦੇ ਸਾਰੇ ਭੁਨੇ ਵਰਗੇ ਕੋਈ ਸਿਫਤ ਉਹਦੇ 'ਚ ਨਹੀਂ ਆਈ ਉੱਪਰਲੀ ਮੰਜ਼ਿਲ ਤੇ ਉਹ ਜਰਮਨ ਗੁਣਾ ਦਾ ਪੁੱਤਲਾ ਸਮਝਿਆ ਜਾਂਦਾ ਹੈ ਉਹ ਕਠੋਰ ਦੇਲ ਹੈ ਤੇਜ਼ ਹੈ ਵੱਡੀ ਨਹੀਂ ਲੈਂਦਾ ਉਹਨਾਂ ਥੋੜੇ ਜਿਹਾਂ ਜੋ ਹੈ ਜੋ ਗ੍ਰਾਂਡੇ 'ਚ ਮਿਲਣ ਵਾਲੇ ਲੰਬੜਦਾਰਾਂ ਕੋਲੋਂ ਵਾਧੂ ਖਾਣ ਵਾਲੀਆਂ ਚੀਜ਼ਾਂ ਨਹੀਂ ਮੰਗਦੇ ਪਰ ਮੈਨੂੰ ਨਾਮ ਭੁੱਲ ਗਿਆ ਇੱਕ ਵਾਰ ਇੱਕ ਜਰਮਨ ਸਾਇੰਸਦਾਨ ਨੇ ਜੀਵਾਂ ਦੀ ਅਕਲ ਨੂੰ ਇਸ ਤਰ੍ਹਾਂ ਮਾਪਿਆ ਸੀ ਉਹ ਕਿੰਨੇ ਸ਼ਬਦ ਬਣਾ ਸਕਦੇ ਨੇ ਇਸ ਆਧਾਰ ਤੇ ਉਹਨੇ ਨਿਰਣਾ ਕੀਤਾ ਸੀ ਕਿ ਘਰੇਲੂ ਬਿੱਲੀ ਸਭ ਤੋਂ ਘੱਟ ਅਕਲ ਵਾਲੀ ਹੈ ਕਿਉਂਕਿ ਸਿਰਫ 128 ਸ਼ਬਦੀ ਬਣਾ ਸਕਦੀ ਹੈ ਪਰ ਸਮੇਤ ਉਸ ਦੇ ਮੁਕਾਬਲੇ ਤੇ ਬਿੱਲੀ ਵੀ ਕਿੰਨੀ ਅਕਲ ਵਾਲੀ ਹੈ ਜਿਸ ਕੋਲ ਪੰਕਰਤਸ ਨੇ ਇਹਨਾਂ ਚਾਰ ਸ਼ਬਦਾਂ ਤੋਂ ਵੱਧ ਕਦੇ ਕੁਝ ਨਹੀਂ ਸੁਣਿਆ ਜ਼ਰਾ ਵੇਖ ਖਬਰਦਾਰ ਓਏ ਹਫ਼ਤੇ 'ਚ ਦੋ ਜਾਂ ਤਿੰਨ ਵੇਰ ਉਹਨੂੰ ਆਰਾਮ ਮਿਲਦਾ ਤੋ ਜੇ ਤਾਂ ਕੋਈ ਹੋਰ ਡਿਊਟੀ ਤੇ ਹੁੰਦਾ ਉਹ ਆਪਣੇ ਆਪ ਨੂੰ ਭਾਵੇਂ ਕਿੰਨਾ ਕਲੇਸ਼ ਵਿੱਚ ਪਾਉਂਦਾ ਪਰ ਕੋਈ ਨਾ ਕੋਈ ਗਲਤੀ ਜ਼ਰੂਰ ਕਰ ਬੈਂਦਾ ਇੱਕ ਵੇਰ ਮੈਂ ਵੇਖਿਆ ਬਾਰੀਆਂ ਖੁੱਲੀਆਂ ਨਾ ਰੱਖਣ ਕਰਕੇ ਸਬਡੈਂਟ ਨੂੰ ਝਾੜਾਂ ਪਾ ਰਿਹਾ ਸੀ ਇਸ ਝਾੜ ਝੰਬ ਵਿੱਚੋਂ ਝੂਲਦੀ ਹੋਈ ਕੁਰਸੀ ਤੇ ਉਹਦਾ ਮੂਰਖ ਸਿਰ ਹੋਰ ਅਗਾਂਹ ਵੱਲ ਝੁੱਕ ਗਿਆ ਤੇ ਬੁੱਲ ਸੁਣੇ ਹੋਈ ਹੁਕਮ ਨੂੰ ਦੁਹਰਾਣ ਦੀ ਹੱਠੀਲੀ ਕੋਸ਼ਿਸ਼ ਵਿੱਚ ਹੋਰ ਟਿਲ ਗਿਆ ਫਿਰ ਝੁੱਲਣ ਨਾਲ ਪਹਾੜ ਜਿਹਾ ਸਾਰੇ ਵਾਰਾਂਡੇ 'ਚ ਡਰ ਦਾ ਛਿੱਟਾ ਦਿੰਦਾ ਘੁੱਗੂ ਵਾਂਗ ਚੀਕ ਪਿਆ ਬਹੁਤ ਘੱਟ ਲੋਕਾਂ ਨੂੰ ਪਤਾ ਲੱਗਾ ਕਿ ਮਾਦਰਾ ਕੀ ਸੀ ਬਾਰੀਆਂ ਬੰਦ ਹੀ ਰਹੀਆਂ ਤੇ ਜੋ ਕੈਦੀ ਸਮੇਤ ਉਸ ਨੂੰ ਆਪਣੇ ਨੇੜੇ ਲੱਭੇ ਉਹਨਾਂ ਦੀਆਂ ਨਾਸਾਂ ਚੋਂ ਲਹੂ ਛੁੱਟ ਪਿਆ ਇਹ ਉਹਦਾ ਇੱਕੋ ਇੱਕ ਹੱਲ ਤੇ ਤਰੀਕਾ ਸੀ ਬਸ ਹੋਇਸੇ ਤਰ੍ਹਾਂ ਦਾ ਹੀ ਸੀ ਜਿਹਨੂੰ ਵੀ ਮਿਲਦਾ ਉਹਨੂੰ ਕੁੱਟਦਾ ਕੁੱਟ-ਕੁੱਟ ਕੇ ਮਾਰ ਵੀ ਦਿੰਦਾ ਉਹ ਬਸ ਇਹੀ ਜਾਣਦਾ ਸੀ ਹੋਰ ਕੁਝ ਨਹੀਂ ਇੱਕ ਵਾਰੀ ਇੱਕ ਕੋਠੀ 'ਚ ਗਿਆ ਇੱਕ ਕੈਦੀ ਨੂੰ ਕੁੱਟਿਆ ਕੈਦੀ ਬਿਮਾਰ ਸੀ ਫਰਸ਼ ਤੇ ਡਿੱਗ ਪਿਆ ਉਹਨੂੰ ਕੰਬਾ ਛਿੜ ਪਿਆ ਸਮੋਤ ਸਮੇਤ ਉਸਨੇ ਦੂਜੇ ਸਾਰਿਆਂ ਕੋਲ ਉਸ ਵਿਚਾਰੇ ਦੇ ਮਾਰੂ ਕਾਂਬੇ ਦੇ ਤਾਲ ਤੇ ਬੈਠਕਾਂ ਕਢਵਾਈਆਂ ਡਿੱਗੇ ਹੋਏ ਆਦਮੀ ਦੀ ਤਾਕਤ ਖਤਮ ਹੋ ਗਈ ਹੰਬ ਕੇ ਉਹਦਾ ਕਾਂਬਾ हट ਗਿਆ ਸਮੇਤ ਉਸਨੇ ਅਜਿਹੀ ਗੁੰਜਲਦਾਰ ਸਮੱਸਿਆ ਦਾ ਹੱਲ ਕਰ ਲੈਣ ਦੀ ਕਾਮਯਾਬੀ ਵਜੋਂ ਇੱਕ ਮੂਰਖ ਮੁਸਕਰਾਹਟ ਨਾਲ ਆਪਣੇ ਹੱਥ ਲੱਕ ਤੇ ਧਰ ਲਏ ਉਹ ਸਹੀ ਅਰਥਾਂ ਚ ਜੰਗਲੀ ਸੀ ਜਿਹਨੂੰ ਜੋ ਕੁਝ ਸਿਖਾਇਆ ਜਾਂਦਾ ਸੀ ਉਹਦੇ ਚ ਸਿਰਫ ਇੱਕ ਹੀ ਚੀਜ਼ ਯਾਦ ਰਹਿੰਦੀ ਸੀ ਉਹ ਏ ਕਿ ਡੰਡਾ ਪੀਰ ਹੈ ਵਿਗੜਿਆ ਤੇ ਗੜਿਆ ਜਾਂਦਾ ਹੈ ਅਖੀਰ ਤੇ ਜਾਨਵਰ ਵੀ ਕੁਝ ਤਰਕ ਗਿਆ ਮਹੀਨੇਕ ਦੀ ਗੱਲ ਹੈ ਤੇ ਉਹ ਕਕਾ ਜੇਲ ਦੇ ਮੁਲਾਕਾਤ ਵਾਲੇ ਕਮਰੇ ਚ ਬੈਠੇ ਹੋਏ ਸਨ ਕਕਾ ਦੱਸ ਰਿਹਾ ਸੀ ਕਿ ਹਾਲਾਤ ਕੀ ਹਨ ਉਹ ਕਾਫੀ ਸਮਾ ਵਿਸਥਾਰ ਨਾਲ ਦੱਸਦਾ ਰਿਹਾ ਤੇ ਸਮੇਤ ਉਸ ਦੇ ਸ਼ਾਇਦ ਕੁਝ ਪੜਪੱਲੇ ਪੈ ਗਿਆ ਉੱਠ ਕੇ ਖੜੋ ਗਿਆ ਦਫਤਰ ਦਾ ਦਰਵਾਜ਼ਾ ਖੋਲਿਆ ਚਾਰੇ ਪਾਸੇ ਬੜੇ ਧਿਆਨ ਨਾਲ ਨਿਗਾਹ ਮਾਰੀ ਬਾਹਰ ਕੋਈ ਬੜਕ ਤੱਕ ਨਹੀਂ ਸੀ ਸਾਰੀ ਜੇਲ ਰਾਤ ਦੇ ਸਨਾਂਟੇ ਚ ਸੁੱਤੀ ਪਈ ਸੀ ਉਹਨੇ ਦਰਵਾਜ਼ਾ ਬੰਦ ਕੀਤਾ ਬੜੇ ਧਿਆਨ ਨਾਲ ਤਾਲਾ ਲਗਾ ਦਿੱਤਾ ਤੇ ਪਰਤ ਕੇ ਮਲਕੜੇ ਜੇ ਕੁਰਸੀ ਤੇ ਟਾਇਪਿਆ ਤੇ ਬੋਲਿਆ ਤੇ ਤੁਸੀਂ ਸੋਚਦੇ ਹੋ ਉਹਨੇ ਆਪਣੀ ਥੋਡੀ ਹੱਥ ਤੇ ਟਿਕਾ ਲਈ ਉਸ ਭਾਰੇ ਸਰੀਰ ਵਿੱਚਲੀ ਛੋਟੀ ਜੀ ਆਤਮਾ ਤੇ ਬਹੁਤ ਭਾਰ ਪੈ ਗਿਆ ਸੀ ਬੜਾ ਅੱਛੇ ਰੇਸੇ ਤਰ੍ਹਾਂ ਬੈਠੇ ਰਹਿਣ ਪਿਛੋਂ ਨੇ ਸਿਰ ਉਠਾਇਆ ਤੇ ਮਾਇੂਸੀ ਨਾਲ ਕਹਿਣ ਲੱਗਾ ਤੁਸੀਂ ਠੀਕ ਕਹਿੰਦੇ ਹੋ ਅਸੀਂ ਜਿੱਤ ਨਹੀਂ ਸਕਦੇ ਤੇ ਪਿਛਲੇ ਮਹੀਨੇ ਇੱਕ ਤੋਂ ਪੰਕਰਤਾਸ ਨੇ ਸਮੇਤ ਉਸ ਦੀ ਜੰਗੀ ਖੱਪ ਨਹੀਂ ਸੁਣੀ ਨਵੇਂ ਕੈਦੀਆਂ ਨੂੰ ਹੁਣ ਉਹਦੇ ਕੋਲੋਂ ਦੀ ਛੱਟ ਦਾ ਗਿਆਨ ਨਹੀਂ ਜੇਲ੍ਹ ਦਾ ਇਨਚਾਰਜ ਉਹ ਇੱਕ ਛੋਟੀ ਜੀ ਪਲਟਨ ਦਾ ਨਾਇਕ ਸੀ ਉਹ ਭਾਵੇਂ ਵਰਦੀ ਚੋਵੇ ਭਾਵੇਂ ਬਿਨਾਂ ਵਰਦੀ ਹਮੇਸ਼ਾ ਬੰਨ ਠਣ ਕੇ ਰਹਿੰਦਾ ਸੀ ਉਹ ਵੇਖਣ ਚ ਬੜਾ ਅਮੀਰ ਤੇ ਆਪਣੇ ਆਪ ਤੋਂ ਬਹੁਤ ਸੰਤੁਸ਼ਟ ਜਾਪਦਾ ਸੀ ਉਹ ਕੁੱਤਿਆਂ ਸ਼ਿਕਾਰ ਤੇ ਔਰਤਾਂ ਦਾ ਪ੍ਰੇਮੀ ਸੀ ਪਰ ਇਹਨਾਂ ਗੱਲਾਂ ਨਾਲ ਸਾਡਾ ਕੋਈ ਵਾਸਤਾ ਨਹੀਂ ਪਰ ਉਹਦੇ ਚਰਿੱਤਰ ਦੇ ਜਿਹੜੇ ਦੂਜੇ ਪਹਿਲੂਆਂ ਨਾਲ ਪੰਕਰਤਾਸਨ ਨੂੰ ਵਾਸਤਾ ਹੈ ਉਹ ਹਨ ਉਹਦਾ ਜੱਡਪੁਣਾ ਤੇ ਬੇਮਤਲਬ ਖਰਵਾਪਨ ਉਹ ਤਰੱਕੀ ਕਰਨ ਵਾਲੇ ਨਾਜ਼ੀ ਦਾ ਇੱਕ ਵਧੀਆ ਨਮੂਨਾ ਸੀ ਜੋ ਆਪਣੇ ਅਹੁਦੇ ਨੂੰ ਕਾਇਮ ਰੱਖਣ ਲਈ ਕਿਸੇ ਦੀ ਵੀ ਬਲੀ ਦੇ ਸਕਦਾ ਸੀ ਉਹ ਪੋਲੈਂਡ ਤੋਂ ਆਇਆ ਸੀ ਤੇ ਜੇ ਨਾਂ ਦਾ ਕੋਈ ਮਤਲਬ ਹੈ ਤੇ ਉਹਨੂੰ ਸੋਪਾ ਕਹਿ ਕੇ ਸਾਦੇ ਸੀ ਕਹਿੰਦੇ ਨੇ ਉਹ ਕਿਸੇ ਲੋਹਾਰ ਕੋਲ ਕੰਮ ਸਿੱਖਦਾ ਸੀ ਪਰ ਇਸ ਇਮਾਨਦਾਰ ਪੇਸ਼ੇ ਦੀੇ ਸੋਪਰ ਕੋਈ ਛਾਪ ਨਹੀਂ ਸੀ ਬਹੁਤ ਚਿਰ ਪਹਿਲਾਂ ਉਨੇ ਹਿਟਲਰ ਦੀ ਨੌਕਰੀ ਸ਼ੁਰੂ ਕੀਤੀ ਸੀ ਤੇ ਚਾਪ ਲੂਸੀ ਤੇ ਚਾਲਬਾਜ਼ੀ ਨਾਲ ਆਪਣੇ ਮੌਜੂਦਾ ਅਹੁਦੇ ਤੇ ਪਹੁੰਚਿਆ ਸੀ ਆਪਣੇ ਅਹੁਦੇ ਨੂੰ ਬਚਾਉਣ ਖਾਤਰ ਉਹ ਹਰ ਸੰਭਵ ਹੱਥ ਕੰਡੇ ਵਰਤਦਾ ਸੀ ਉਹਦੇ ਮਨ ਚ ਕੈਦੀਆਂ ਜਾਂ ਆਪਣੇ ਅਧੀਨ ਕੰਮ ਕਰਨ ਵਾਲੀਆਂ ਬੱਚਿਆਂ ਜਾਂ ਬੁੱਢਿਆਂ ਪ੍ਰਤੀ ਕੋਈ ਆਦਰ ਜਾਂ ਜਜ਼ਬਾ ਨਹੀਂ ਸੀ ਪੰਕਰਾਸਤ ਵਿੱਚ ਕੰਮ ਕਰਨ ਵਾਲਿਆਂ ਚ ਕਿਸੇ ਦੇ ਮਨ ਚ ਨਾਜ਼ੀਵਾਦ ਪ੍ਰਤੀ ਖਾਸ ਸ਼ਰਧਾ ਨਹੀਂ ਪਰ ਸੋਪਾ ਵਾਂਗ ਜਜ਼ਬੀਆਂ ਤੇ ਛਾਏ ਤੋਂ ਵੀ ਉਹਨਾਂ ਕੋਈ ਹੋਰ ਨਹੀਂ ਸਿਰਫ ਇੱਕੋ ਹੀ ਆਦਮੀ ਜਿਹਦੀ ਉਹ ਕੁਝ ਕਦਰ ਕਰਦਾ ਸੀ ਜਿਸ ਨਾਲ ਅਕਸਰ ਗੱਲਬਾਤ ਕਰਦਾ ਸੀ ਉਸੇ ਜੇਲ੍ਹ ਦਾ ਡਾਕਟਰ ਵੱਡਾ ਪੁਲਸੀਆ ਵੈਜ਼ਨੇਰ ਪਰ ਦੋਸਤੀ ਦਵੱਲੀ ਸਾਂਵੀ ਨਹੀਂ ਸੀ ਜਾਪਦੀ ਸੋਫਾ ਸਿਰਫ ਆਪਣੇ ਬਾਰੇ ਸੋਚਦਾ ਸੀ ਆਪਣੀ ਖਾਸ ਹਾਕਮ ਪਦਵੀ ਉਹਦੇ ਸਿਰਫ ਆਪਣੇ ਲਈ ਹੀ ਲਈ ਸੀ ਉਹ ਇੱਕਲਾ ਜਿਹਾ ਆਦਮੀ ਹੈ ਜੋ ਮੁਕਤੀ ਦੇ ਹੋਰ ਤਰੀਕੇ ਬਾਰੇ ਵੀ ਸੋਚਦਾ ਹੈ ਪਰ ਉਹਨੂੰ ਪਤਾ ਨਹੀਂ ਕਿ ਇਹਦਾ ਹੋਰ ਕੋਈ ਤਰੀਕਾ ਵੀ ਹੈ ਨਾਜ਼ੀਵਾਦਾਂਤ ਹੋ ਜਾਏਗਾ ਉਹਦੇ ਆਲੀਸ਼ਾਨ ਮਕਾਨ ਦਾ ਉਹਦੇ ਆਪਣੇ ठाट-ਬਾਟ ਦਾ ਇੱਕ ਜਿਹਾ ਸੱਜ-ਤੱਜ ਦਾ ਜਾਂ ਮਾਰੇ ਗਏ ਚੱਕਵਾਸੀਆਂ ਦੇ ਕੱਪੜੇ ਪਾਉਣੋਂ ਵੀ ਨਹੀਂ ਝਿਜਕਦਾ ਹਾਂ ਇਹ ਉਦਾਂਤ ਹੋਏਗਾ ਜੇਲ ਦਾ ਡਾਕਟਰ ਵੱਡਾ ਪੁਲਸੀਆ ਵੈਜ਼ਨੇਰ ਪੰਕਰਤਾਸ ਪੰਕਰਤਾਸ ਦੇ ਮੰਚ ਤੇ ਉਹ ਵੀ ਇੱਕ ਖੂਬ ਹਸਤੀ ਹੈ ਕਈ ਵਾਰ ਇਹਂ ਜਿਹਾ ਲੱਗਦਾ ਹੈ ਕਿ ਉਹ ਇਸ ਥਾਂ ਦੇ ਮੇਚ ਦਾ ਨਹੀਂ ਪਰ ਦੂਜੇ ਪਾਸੇ ਉਹਦੇ ਬਿਨਾ ਪੰਕਰਤਾਸ ਦਾ ਕਿਆਸ ਵੀ ਨਹੀਂ ਕੀਤਾ ਜਾ ਸਕਦਾ ਜਦੋਂ ਹਸਤਾਲ 'ਚ ਨਹੀਂ ਹੁੰਦਾ ਉਹ ਆਪਣੇ ਆਪ ਨਾਲ ਗੱਲਾਂ ਕਰਦਾ ਹੋਇਆ ਆਪਣੇ ਚਾਰੇ ਪਾਸੇ ਹਰ ਚੀਜ਼ ਨੂੰ ਧਿਆਨ ਨਾਲ ਵੇਖਦਾ ਹੋਇਆ ਹਮੇਸ਼ਾ ਹੀ ਚੀਜ਼ਾਂ ਨੂੰ ਚੇਚੇ ਧਿਆਨ ਨਾਲ ਵੇਖਦਾ ਆਪਣੇ ਛੋਟੇ ਛੋਟੇ ਝੂਮਦੇ ਕਦਮਾਂ ਨਾਲ ਬਰਾਂਡੇ 'ਚ ਝੂਮਦਾ ਫਿਰਦਾ ਉਹਦੀ ਹਾਲਤ ਕਿਸੇ ਪਰਦੇਸੀ ਪਰਦੇਸੀ ਵਰਗੀ ਆ ਜਿਹੜਾ ਘੁੰਮਦਾ ਇੱਧਰ ਆ ਨਿਕਲਿਆ ਹੋਵੇ ਤੇ ਜਿੰਨੀਆਂ ਵੀ ਨਿੱਕੀਆਂ ਵੱਡੀਆਂ ਗੱਲਾਂ ਨੂੰ ਚੇਤੇ ਕਰਕੇ ਲਜਾ ਸਕਦਾ ਲਜਾਣਾ ਚਾਹੁੰਦਾ ਹੋਵੇ ਪਰ ਉਹ ਕਿਸੇ ਵੀ ਸੂਈ ਵਾਂਗ ਤਾਲੇ 'ਚ ਚਾਬੀ ਪਾ ਕੇ ਮਲਕੜੇ ਜੇ ਜਾਂ ਝਟਕੇ ਨਾਲ ਕੋਠੜੀ ਦਾ ਦਰਵਾਜ਼ਾ ਖੋਲ ਸਕਦਾ ਹੈ। ਉਹਦਾ ਮਖੌਲ ਬੜਾ ਖੁਸ਼ਕ ਹੁੰਦਾ ਇਸ ਲਈ ਉਹ ਵਿਅੰਗਮਈ ਗੱਲਾਂ ਕਰ ਸਕਦਾ ਹੈ। ਪਰ ਕੋਈ ਅਜਈ ਗੱਲ ਮੂੰਹੋਂ ਨਹੀਂ ਕੱਢਦਾ ਜਿਸ ਨਾਲ ਉਹ ਫਸਦਾ ਹੋਵੇ। ਉਹ ਦੂਸਰਿਆਂ ਨੂੰ ਮਨਾ ਲੈਂਦਾ ਪਰ ਦੂਜਿਆਂ ਕੋਲੋਂ ਕਦੇ ਨਹੀਂ ਮੰਨਦਾ। ਉਹ ਬਹੁਤ ਕੁਝ ਵੇਖਦਾ ਪਰ ਖੰਭਾਂ ਦੀਆਂ ਡਾਰਾਂ ਨਹੀਂ ਬਣਾਉਂਦਾ ਤੇ ਦੂਜਿਆਂ ਤੇ ਦੋਸ਼ ਵੀ ਨਹੀਂ ਲਾਉਂਦਾ ਫਿਰਦਾ। ਤੇ ਜੇ ਉਹ ਕਿਸੇ ਧੁਐ ਨਾਲ ਭਰੀ ਕੋਠੀ 'ਚ ਦਾਖਲ ਹੋ ਜਾਏ ਤਾਂ ਜ਼ੋਰ ਨਾਲ ਨਾਸਾ ਮਰੋੜ ਕੇ ਕਹਿੰਦਾ ਹੂੰ। ਕੋਠੜੀਆਂ 'ਚ ਲੋਕੀ ਸਿਗਰਟਾਂ ਪੀਂਦੇ ਨੇ। ਤੇ ਫਿਰ ਪਚਾਕਾ ਮਾਰ ਕੇ ਕਹੇਗਾ ਇਹਦੀ ਤਾਂ ਇਥੇ ਸਖਤ ਮਨਾਈ ਹੈ ਪਰ ਉਹਦੀ ਸ਼ਿਕਾਇਤ ਨਹੀਂ ਕਰੇਗਾ ਉਹਦੇ ਮੱਥੇ ਤੇ ਤਿਉੜੀਆਂ ਪਈਆਂ ਰਹਿੰਦੀਆਂ ਹਨ ਤੇ ਸਦਾ ਫਿਕਰਮੰਦ ਦਿਖਾਈ ਦਿੰਦਾ ਹੈ ਜਿਵੇਂ ਉਹਨੂੰ ਕੋਈ ਬਹੁਤ ਵੱਡੀ ਤਕਲੀਫ ਸਤਾ ਰਹੀ ਹੋਵੇ ਇਹ ਸਪਸ਼ਟ ਹੈ ਕਿ ਉਹ ਜਿਸ ਹਕੂਮਤ ਦੀ ਸੇਵਾ ਕਰਦਾ ਹੈ ਜੀ ਦੇ ਸਪਾਏ ਹੋਏ ਲੋਕਾਂ ਦਾ ਸਾਰਾ ਧਿਆਨ ਦਿਨ ਧਿਆਨ ਰੱਖਦਾ ਹੈ ਉਸ ਨਾਲ ਕੋਈ ਵਾਸਤਾ ਨਹੀਂ ਰੱਖਣਾ ਚਾਹੁੰਦਾ ਉਹਨੂੰ ਇਸ ਹਕੂਮਤ 'ਤੇ ਵਿਸ਼ਵਾਸ ਨਹੀਂ ਇਹਦੇ ਬਹੁਤ ਦੇਰ ਕਾਇਮ ਰਹਿਣ 'ਤੇ ਵਿਸ਼ਵਾਸ ਨਹੀਂ ਉਨੇ ਇਹ ਵਿਸ਼ਵਾਸ ਕਦੇ ਵੀ ਨਹੀਂ ਕੀਤਾ ਇਸੇ ਕਰਕੇ ਉਹ ਆਪਣੇ ਆਪਣਾ ਟੱਬਰ ਬ੍ਰੈਸਟ ਲਾਓ ਤੋਂ ਪ੍ਰਾਗ ਤੱਕ ਨਹੀਂ ਸੀ ਲਿਆਂਦਾ ਭਾਵੇਂ ਕਿ ਜਰਮਨ ਹਕੂਮਤ ਦੇ ਬਹੁਤ ਘਾਟ ਆਸਰਾਨੀ ਕਿਸੇ ਕਬਜ਼ੇ ਚਾਹੇ ਦੇਸ਼ ਦੇ ਮਾਲ ਨੂੰ ਨਿਗਾਰਨ ਦਾ ਮੌਕਾ ਖੁੰਝਾਇਆ ਹੋਵੇ ਪਰ ਉਹ ਇਹਦੇ ਨਾਲ ਹੀ ਉਸ ਹਕੂਮਤ ਦੇ ਖਿਲਾਫ ਸੰਘਰਸ਼ ਕਰ ਰਹੇ ਲੋਕਾਂ ਨਾਲ ਵੀ ਨਹੀਂ ਰਲਿਆ ਉਹ ਕਿਸੇ ਪਾਸੇ ਵੀ ਨਹੀਂ ਖੜਿਆ ਉਹਨੇ ਮੇਰੀ ਦੇਖਭਾਲ ਇਮਾਨਦਾਰੀ ਨਾਲ ਤੇ ਆਪਣੇ ਫਰਜ਼ਾਂ ਨੂੰ ਧਿਆਨ ਚ ਰੱਖ ਕੇ ਕੀਤੀ ਉਹ ਆਪਣੇ ਬਹੁਤੇ ਮਰੀਜ਼ਾਂ ਨਾਲ ਇੰਜ ਹੀ ਕਰਦਾ ਅਕਸਰ ਉਹਨੇ ਉਹਨਾਂ ਕੈਦੀਆਂ ਨੂੰ ਜਿਨ੍ਹਾਂ ਨੂੰ ਪਹਿਲਾਂ ਹੀ ਬਹੁਤ ਤਸੀਹੇ ਦਿੱਤੇ ਗਏ ਹੁਣ ਉਹਨਾਂ ਨੂੰ ਹੋਰ ਕਟਾਪੇ ਲਈ ਲਜਾਣ ਤੋਂ ਹੱਥ ਨਾਲ ਰੋਕਦਾ ਹੈ ਸ਼ਾਇਦ ਇਸਰਾਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੋਵੇ ਪਰ ਕਈ ਵਾਰ ਉਹ ਜਈ ਥਾਂ ਤੇ ਵੀ ਮਦਦ ਤੋਂ ਇਨਕਾਰ ਕਰ ਦਿੰਦਾ ਜਿੱਥੇ ਉਹਦੀ ਸਖਤ ਜ਼ਰੂਰਤ ਹੋਵੇ ਅਜੇ ਸਮੇਂ ਸ਼ਾਇਦ ਡਰੋਤੇ ਬਹੁਤ 파ਰੋ ਹੁੰਦਾ ਹੈ ਵੀ ਕਾਮ ਛੋਟੇ ਸ਼ਹਿਰੀ ਦਾ ਨਮੂਨਾ ਹੈ ਜਿਸ ਇਕੱਲੇ ਖੜੇ ਨੂੰ ਇੱਕ ਪਾਸੇ ਹਕੂਮਤ ਦਾ ਡਰ ਖਾਈ ਜਾਂਦਾ ਹੈ ਦੂਜੇ ਪਾਸੇ ਕੀ ਹੋਵੇਗਾ ਦਾ ਤੋਖਲਾ ਉਹ ਹਰ ਪਾਸੇ ਇਸ ਔਕੜ ਦਾ ਹੱਲ ਲੱਭਣ ਲਈ ਵੇਖਦਾ ਹੈ ਪਰ ਉਹਨੂੰ ਕੋਈ ਔੜਦਾ ਨਹੀਂ ਉਹ ਮੋਟਾ ਚੂਹਾ ਨਹੀਂ ਸਗੋ ਫੰਦੇ ਚ ਫਸੀ ਛੋਟੀ ਜਿਹੀ ਚੂਹੀ ਹੈ ਬੁਰੀ ਤਰ੍ਹਾਂ ਫਸੀ ਹੋਈ ਫਲਿੰਕ ਉਹ ਨਿਗੂਣੀ ਚੀਜ਼ ਨਹੀਂ ਤੇ ਨਾ ਹੀ ਪੂਰੀ ਸ਼ਖਸੀਅਤ ਦੋਵਾਂ ਦੇ ਵਿੱਚ ਘਾਰ ਕੁਝ ਕੁਝ ਹੈ ਪੂਰੀ ਸ਼ਖਸੀਅਤ ਬਣਾਉਣ ਲਈ ਜਿਸ ਜੋ ਸਪਸ਼ਟਤਾ ਲੋੜਿੰਦੀ ਹੁੰਦੀ ਹੈ ਉਹ ਜੀ ਉਸ 'ਚ ਨਹੀਂ ਆਈ ਇੱਥੇ ਇਸ ਕਿਸਮ ਦੇ ਦੋ ਜਣੇ ਹਨ ਸਿੱਧੇ ਸਾਦੇ ਲੋਕ ਜਿਨ੍ਹਾਂ ਨੂੰ ਮਹਿਸੂਸ ਬਹੁਤ ਕੁਝ ਹੁੰਦਾ ਹੈ ਪਰ ਝੰਜੋੜ ਦਾ ਕੁਝ ਨਹੀਂ ਪਹਿਲਾਂ ਤਾਂ ਜਿਸ ਧਿਆਨਕ ਵਾਤਾਵਰਣ ਚ ਆਫਸੇ ਹੈ ਉਹ ਤੋਂ ਡਰ ਲੱਗਦਾ ਹੈ ਪਿੱਛੋਂ ਇਹ ਤੋਂ ਪੱਲਾ ਛਡਾਉਣ ਦੀ ਇੱਛਾ ਹੁੰਦੀ ਹੈ ਉਹ ਕੋਈ ਨਾ ਕੋਈ ਮਾਨਸਿਕ ਆਸਰਾ ਢੂੰਡਦੇ ਆ ਕਿਉਂਕਿ ਸਵੈ ਭਰੋਸੇ ਵਾਲੇ ਆਦਮੀ ਨਹੀਂ ਹੁੰਦੇ ਉਹ ਇਹ ਆਸਰਾ ਤਜਰਬੇ ਵਿੱਚੋਂ ਪਰਖਣ ਦੀ ਥਾਂ ਸਹਿਜ ਸੁਭਾਅ ਤੋਂ ਢੂੰਡਦੇ ਆ ਉਹ ਤੁਹਾਡੇ ਕੋਲੋਂ ਸਿਰਫ ਮਦਦ ਦੀ ਉਮੀਦ ਨਾਲ ਹੀ ਤੁਹਾਡੀ ਮਦਦ ਕਰਦੇ ਨੇ ਉਹਨਾਂ ਨੂੰ ਮਦਦ ਦੇਣੀ ਵਾਜਬ ਹੈ ਹੁਣ ਵੀ ਤੇ ਭਵਿੱਖ ਵਿੱਚ ਵੀ ਪੰਕਰਤਸ ਬਿਚਲੇ ਸਾਰੇ ਜਰਮਨ ਅਫਸਰਾਂ ਵਿੱਚੋਂ ਸਿਰਫ ਇਹੀ ਦੋ ਹਨ ਜੋ ਮੋਰਚੇ ਤੇ ਰਹਿ ਚੁੱਕੇ ਹਨ ਹਨੋਰ ਜਨੋਮੋ ਵਿੱਚ ਦਰਜੀ ਹੁੰਦਾ ਸੀ ਤੇ ਜੋ ਮੋਰਚੇ ਤੇ ਤੋਂ ਬਰਫ਼ ਨਾਲ ਸਰੀਰ ਸੁੱਜਣ ਕਰਕੇ ਵਾਪਸ ਆਇਆ ਸੀ ਤੇ ਅਜੇ ਆਉਨੇ ਆਪ ਹੀ ਜਾਣਬੁੱਝ ਕੇ ਕਰ ਲਿਆ ਸੀ ਜੰਗ ਲੋਕਾਂ ਲਈ ਨਹੀਂ ਉਸ ਵੈਕਾਂ ਦੇ ਵੈਕ ਮਤਲਬ ਪਹਿਲੇ ਮਹਾਯੁੱਧ ਬਾਰੇ ਲਿਖੀ ਇੱਕ ਪ੍ਰਸਿੱਧ ਚੈੱਕ ਨੋਵਲ ਦਾ ਨਾਇਕ ਹੈ ਉਸ ਸ਼ੌਕਾਂ ਦੇ ਅੰਦਾਜ਼ ਵਿੱਚ ਫਿਲਾਸਫੀ ਛਾੜਦਾ ਹੈ ਮੇਰੇ ਲਈ ਇਹਦਾ ਇਸ ਚ ਕੁਝ ਵੀ ਨਹੀਂ ਹੈਫਰ ਬਾਟਾ ਦੇ ਕਾਰਖਾਨੇ ਦਾ ਖਿਹੜੇ ਮੱਥੇ ਵਾਲਾ ਮੋਚੀ ਸੀ ਉਹ ਪਹਿਲਾਂ ਫਰਾਂਸ ਦੀ ਲੜਾਈ 'ਚ ਚਲਾ ਗਿਆ ਫਿਰ ਨੌਕਰੀ ਛੱਡ ਕੇ ਆ ਗਿਆ ਭਾਵੇਂ ਕਿ ਉਹਨੂੰ ਤਰੱਕੀ ਦਾ ਲਾਰਾ ਵੀ ਮਿਲਿਆ ਹੋਇਆ ਸੀ ਉਹ ਦਿਨ 'ਚ ਬਹੁਤ ਸਾਰੇ ਝਮੇਲਿਆਂ 'ਚ ਫਸਿਆ ਹੁੰਦਾ ਤੇ ਇਹਨਾਂ ਝਮੇਲਿਆਂ ਨੂੰ ਹੱਥ ਦੇ ਇਸ਼ਾਰੇ ਨਾਲ ਸ਼ ਕਰਕੇ ਜਿਵੇਂ ਟਾਲ ਦਿੰਦਾ ਹੈ ਇਦਾਂ ਹੀ ਆਪਣੀ ਹੋਣੀ ਦੇ ਅਹਿਸਾਸਾਂ ਦੇ ਆਧਾਰ ਤੇ ਲਗਭਗ ਇੱਕੋ ਜਿਹੀ ਹਨ ਪਰ ਦੋਵਾਂ ਵਿੱਚੋਂ ਹੈਫਰ ਵਧੇਰੇ ਨੇੜਾ ਹੈ ਬੱਦ ਸਪਸ਼ਟ ਤੇ ਉਹਦੀ ਸ਼ਖਸੀਅਤ ਵਧੇਰੇ ਨਿਖਰ ਚੁੱਕੀ ਸੀ ਲਗਭਗ ਸਾਰੀਆਂ ਕੋਠੀਆਂ 'ਚ ਉਹਦਾ ਨਾਮ ਫਲਿੰਕ ਪੱਕ ਗਿਆ ਹੋਇਆ ਹੈ ਜਿਸ ਦਿਨ ਉਹ ਡਿਊਟੀ ਤੇ ਹੁੰਦਾ ਹੈ ਤਾਂ ਕੋਠੀਆਂ 'ਚ ਸ਼ਾਂਤੀ ਹੁੰਦੀ ਹੈ ਤੁਸੀਂ ਜੋ ਮਰਜ਼ੀ ਕਰੋ ਜਦੋਂ ਉਹ ਤੁਹਾਨੂੰ ਛਿੜਕਦਾ ਤਾਂ ਅੱਖ ਮਾਰ ਕੇ ਇਹ ਵੀ ਦੱਸ ਦਿੰਦਾ ਹੈ ਕਿ ਤੁਹਾਡੇ ਲਈ ਨਹੀਂ ਸਗੋਂ ਇੱਥੇ ਬੈਠੇ ਇਨਸਪੈਕਟਰ ਨੂੰ ਆਪਣੀ ਸ਼ਕਤੀ ਦਿਖਾਉਣ ਲਈ ਹੈ ਪਰ ਸਖਤ ਬਣ ਕੇ ਦੱਸਣ ਦੇ ਉਹਦੇ ਸਾਰੇ ਯਤਨ ਸਫਲ ਹੀ ਰਹਿੰਦੇ ਆ ਉਹ ਕਿਸੇ ਨੂੰ ਕੁਝ ਮਨਾ ਨਹੀਂ ਮਨਾ ਨਹੀਂ ਸਕਦਾ ਤੇ ਕੋਈ ਅਜਿਹਾ ਹਫਤਾ ਨਹੀਂ ਗੁਜ਼ਰਦਾ ਜਦੋਂ ਉਹਨੂੰ ਸਜ਼ਾ ਨਾ ਮਿਲਦੀ ਹੋਵੇ ਉਹ ਉਹ ਆਪਣਾ ਹੱਥ ਲਾਉਂਦਾ ਹੈ ਤੇ ਆਪਣੇ ਕੰਮ 'ਚ ਜੁੱਟ ਜਾਂਦਾ ਹੈ ਉਹ ਜੇ ਵੀ ਸੰਤਰੀ ਨਹੀਂ ਲੱਗਦਾ ਸਗੋਂ ਕਿਸੇ ਮੋਚੀ ਦਾ ਅਲਮਸਤ ਤੇ ਜਵਾਨ ਸਹਾਇਕ ਜਾਪਦਾ ਤੁਸੀਂ ਉਹਨੂੰ ਕੋਠੀਆਂ ਵਿਚਲੇ ਮੁੰਡਿਆਂ ਨਾਲ ਖੁਸ਼ੀ-ਖੁਸ਼ੀ ਤੇ ਮगन ਖੁੱਤੀ ਬੰਟੇ ਤੇ ਪੈਸੇ ਖੇੜਦੇ ਆ ਵੇਖ ਸਕਦੇ ਹੋ ਫਿਰ ਚਾਟਿਓ ਕੈਦੀਆਂ ਨੂੰ ਵਰਾਂਡੇ 'ਚ ਕੱਢ ਕੇ ਕੋਠੜੀਆਂ ਦਾ ਮੁਆਇਨਾ ਵੀ ਕਰਨ ਲੱਗ ਪੈਂਦਾ ਹੈ ਤੇ ਜੇ ਮੁਆਇਨਾ ਬਹੁਤ देर ਚੱਲਦਾ ਰਹੇ ਤੇ ਤੁਸੀਂ ਉਤਾਵਲੇ ਹੋ ਜਾਓ ਤਾਂ ਤੁਸੀਂ ਵੇਖੋਗੇ ਕਿ ਮੇਜ਼ ਤਿਆਰ ਕਰਾ ਕੇ ਤੇ ਸਿਰ ਸੁੱਟ ਕੇ ਬੜੇ ਚੈਨ ਤੇ ਮਾਣ ਨਾਲ ਬੈਠਾ ਬੈਠਾ ਹੀ ਸੌਂ ਗਿਆ ਹੈ ਇਥੇ ਆਪਣੇ ਉੱਪਰਲੇ ਅਫਸਰਾਂ ਤੋਂ ਬਚਿਆ ਰਹਿੰਦਾ ਕਿਉਂਕਿ ਵਰਾਂਡੇ ਵਿਚਲੀ ਕੈਦੀ ਧਿਆਨ ਰੱਖਦੀ ਹੈ ਤੇ ਜਦੋਂ ਖਤਰਾ ਹੋਵੇ ਤਾਂ ਉਹਨੂੰ ਚੌਕਸ ਕਰ ਦਿੰਦੇ ਆ ਉਹਨੂੰ ਡਿਊਟੀ ਤੇ ਵੀ ਸੌਣ ਦੀ ਜ਼ਰੂਰਤ ਪੈਂਦੀ ਕਿਉਂਕਿ ਉਸ ਕੁੜੀ ਕਰਕੇ ਉਹਦੀਆਂ ਖੁਦਾ ਰਾਮ ਭੰਗ ਹੋ ਜਾਂਦਾ ਜਿਸ ਨੂੰ ਉਹ ਦੁਨੀਆ ਦੀਆਂ ਸਭ ਚੀਜ਼ਾਂ ਤੋਂ ਵਧੇਰੇ ਪਿਆਰਦਾ ਹੈ ਨਾਜ਼ੀਵਾਦ ਜਿੱਤੇਗਾ ਜਾਂ ਹਾਰੇਗਾ ਉਹਦਾ ਇਹਦਾ ਉਹ ਇਸ ਤਰ੍ਹਾਂ ਜਵਾਬ ਦੇਗਾ ਉਹ ਤੁਹਾਡਾ ਕੀ ਖਿਆਲ ਹੈ ਇਹ ਸਰਕਸ ਸਦਾ ਇਸ ਤਰ੍ਹਾਂ ਹੀ ਚਲਦੀ ਰਹੇਗੀ ਉਹ ਆਪਣੇ ਆਪ ਨੂੰ ਨਾਜ਼ੀਆਂ ਵਿੱਚੋਂ ਨਹੀਂ ਗਿੰਦਾ ਇਹ ਗੱਲ ਉਹਨੂੰ ਬੜਾ ਦਿਲਚਸਪ ਬਣਾ ਦਿੰਦੀ ਹੈ ਇਹ ਤੋਂ ਵੱਡੀ ਗੱਲ ਇਹ ਹੈ ਕਿ ਉਹ ਉਹਨਾਂ ਵਿੱਚ ਨਹੀਂ ਰਲਣਾ ਚਾਹੁੰਦਾ ਰੇਲਿਆ ਹੋਇਆ ਹੈ ਵੀ ਨਹੀਂ ਤੇ ਜੇ ਤੁਸੀਂ ਦੂਜੇ ਵਾਰਡ ਚ ਕੋਈ ਗਪਤ ਸੁਨੇਹਾ ਭੇਜਣਾ ਚਾਹੁੰਦੇ ਹੋ ਤਾਂ ਫਲਿੰਕ ਆਪਣੇ ਜਿੰਮੇ ਲੈ ਲਏਗਾ ਤੇ ਜੇ ਤੁਸੀਂ ਬਾਹਰ ਕਿਸੇ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਤਾਂ ਇਹ ਫਲਿੰਕ ਦੇ ਦੇਗਾ ਤੇ ਜੇ ਦੂਸਰਿਆਂ ਦੀ ਜਾਨ ਬਚਾਉਣ ਖਾਤਰ ਤੁਹਾਨੂੰ ਕਿਸੇ ਨਾਲ ਗੱਲ ਕਰਕੇ ਸਮਝਾਉਣ ਦੀ ਲੋੜ ਹੈ ਤਾਂ ਤੁਹਾਨੂੰ ਉਹਦੀ ਕੋਠੀ ਚ ਲੈ ਜਾਏਗਾ ਤੇ ਆਪ ਬਾਹਰ ਖੜਕੇ ਨਿਗਰਾਨੀ ਕਰਦਾ ਰਹੇਗਾ ਉਹਨੂੰ ਇੰਨੀ ਖੁਸ਼ੀ ਹੋਏਗੀ ਜਿੰਨੀ ਫਿਰ ਤੂੰ ਮੰਡੇ ਪੁਲਿਸ ਨੂੰ ਚੱਕਮਾ ਦੇ ਕੇ ਮਹਿਸੂਸ ਕਰਦੇ ਆ ਤੁਹਾਨੂੰ ਕਈ ਵੇਰਵ ਨੂੰ ਸਮਝਾਉਣਾ ਪੈਂਦਾ ਹੈ ਕਿ ਉਹ ਖਬਰਦਾਰ ਰਹੇ ਖਤਰੇ ਛਰੇ ਹੋਏ ਉਹਨੂੰ ਇਸ ਗੱਲ ਦਾ ਅਹਿਸਾਸ ਨਹੀਂ ਰਹਿੰਦਾ ਜੋ ਭਲਾਈ ਉਹ ਕਰਦਾ ਉਹਦੀ ਸਹੀ ਮਹੱਤਤਾ ਦੀ ਉਹਨੂੰ ਰਤਾ ਵੀ ਸੂਝ ਨਹੀਂ ਉਹ ਇਸ ਗੱਲ ਨਾਲ ਹੀ ਤਸੱਲੀ ਕਰ ਲੈਂਦਾ ਕਿ ਆਪਣੀ ਪਹੁੰਚ ਅਨੁਸਾਰ ਜੋ ਕਰ ਸਕਦਾ ਕਰ ਹੀ ਜਾਂਦਾ ਹੈ ਪਰ ਇਸ ਨਾਲ ਉਹਦੇ ਵਿਕਾਸ 'ਚ ਰੁਕਾਵਟ ਪੈਂਦੀ ਹੈ ਉਹਦੀ ਸ਼ਖਸੀਅਤ ਅਜੇ ਨਿਕਰੀ ਨਹੀਂ ਹੌਲੀ-ਹੌਲੀ ਨਿਕਲ ਰਹੀ ਹੈ ਕੋਲਿਨ ਮਾਰਸ਼ਲ ਆਦੇ ਦਿਨਾਂ ਦੀ ਇੱਕ ਸ਼ਾਮ ਦੀ ਗੱਲ ਹੈ ਨਾਜੀ ਪੁਲਿਸ ਦੀ ਵਰਦੀ ਵਾਲਾ ਸੰਤਰੀ ਜੋ ਮੈਨੂੰ ਮੇਰੀ ਕੋਠੀ ਤੱਕ ਲਿਆਇਆ ਸੀ ਮੇਰੇ ਬੁੱਝਿਆਂ ਦੀ ਉਪਰੀ ਜੀ ਤਲਾਸ਼ੀ ਲੈਂਦਾ ਹੋਇਆ ਹੌਲੀ-ਹੌਲੀ ਕਹਿਣ ਲੱਗਾ ਕੀ ਹਾਲ ਹੈ ਤੇਰਾ ਪਤਾ ਨਹੀਂ ਉਹ ਕਹਿੰਦੇ ਸਨ ਕਿ ਤੈਨੂੰ ਭਲਕੇ ਗੋਲੀ ਮਾਰਤੀ ਜਾਏਗੀ ਤੈਨੂੰ ਇਹਦੇ ਨਾਲ ਕੋਈ ਡਰ ਲੱਗਾ ਇਹਦੀ ਤਾਂ ਮੈਨੂੰ ਉਮੀਦ ਹੀ ਸੀ ਇੱਕ ਪਾਲੀ ਉਹਨੇ ਮਸ਼ੀਨੀ ਟੰਗ ਨਾਲ ਮੇਰੇ ਕੋਟ ਦੇ ਕਾਲਰਾਂ ਤੇ ਹੱਥ ਫੇਰੇ ਹੋ ਸਕਦਾ ਉਹ ਭਲਕੇ ਤੈਨੂੰ ਗੋਲੀ ਮਾਰ ਹੀ ਦੇਣ ਸ਼ਾਇਦ ਭਲਕੇ ਨਾ ਮਾਰਨ ਸ਼ਾਇਦ ਫਿਰ ਕਿਸੇ ਦਿਨ ਮਾਰਨ ਤੇ ਸ਼ਾਇਦ ਨਾ ਹੀ ਮਾਰਨ ਪਰ ਇਹਨਾਂ ਵਕਤਾਂ ਵਿੱਚ ਜਿਆਰ ਰਹਿਣਾ ਚੰਗਾ ਹੀ ਹੈ ਤੇ ਫਿਰ ਉਹ ਚੁੱਪ ਕਰ ਗਿਆ ਪਰ ਜੇ ਉਹ ਗੋਲੀ ਮਾਰਨੀ ਵਾਲੇ ਹਨ ਤਾਂ ਤੂੰ ਬਾਹਰ ਕਿਸੇ ਨੂੰ ਕੋਈ ਖਬਰ ਭੇਜਣੀ ਹੋ ਜਾਂ ਕੁਝ ਲਿਖਣਾ ਚਾਹਣਾ ਹੈ ਹੁਣ ਚੁੱਪਣ ਲਈ ਨਹੀਂ ਸਮਝਿਆ ਸਗੋਂ ਉਹ ਵੇਖ ਲਈ ਇਸ ਬਾਰੇ ਕਿ ਤੂੰ ਇੱਥੇ ਕਿਵੇਂ ਪੁਜਾ ਕੀ ਤੇਰੇ ਨਾਲ ਕਿਸੇ ਨੇ ਵਿਸ਼ਵਾਸ ਘਾਤ ਕੀਤਾ ਕੁਝ ਖਾਸ ਲੋਕਾਂ ਨੇ ਤੇਰੇ ਨਾਲ ਕਿਹੋ ਜਿਹਾ ਸਲੂਕ ਕੀਤਾ ਇਸ ਕਰਕੇ ਕਿ ਜੋ ਕੁਝ ਤੂੰ ਜਾਣਦਾ ਹੈ ਤੇਰੇ ਨਾਲ ਤੇਰੇ ਨਾਲ ਹੀ ਨਾ ਚਲਿਆ ਜਾਏ ਕਿ ਮੈਂ ਲਿਖਣਾ ਚਾਹਾਂਗਾ ਜਾਂ ਨਹੀਂ ਜਿਵੇਂ ਇਹ ਮੇਰੀ ਸਭ ਤੋਂ ਵੱਡੀ ਸੱਦਰ ਹੋਵੇ। ਛਾਟੀ ਉਹ ਕਾਗਜ਼ ਤੇ ਪੈਨਸਲ ਲਿਆ ਤੇ ਮੈਂ ਉਹਨਾਂ ਨੂੰ ਇੰਨੇ ਧਿਆਨ ਤੇ ਤੇਜ਼ੀ ਨਾਲ ਲੁਕਾ ਦਿੱਤਾ ਕਿ ਕਿਸੇ ਕਿਸਮ ਦੇ ਵੀ ਮੁਆਇਨੇ ਦੌਰਾਨ ਇਹਨਾਂ ਦੀ ਉਪਸਗਤਕ ਨਾ ਮਿਲੇ। ਪਰ ਕਈ ਦਿਨਾਂ ਤੱਕ ਮੈਂ ਇਹਨਾਂ ਨੂੰ ਹੱਥ ਨਾ ਲਾਇਆ। ਇਹ ਗੱਲ ਨਹੀਂ ਚੰਗੀ ਸੀ ਕਿ ਮੈਨੂੰ ਇਹਦੀ ਸੱਚੀ ਹੋਣ ਤੇ ਵੀ ਵਿਸ਼ਵਾਸ ਨਹੀਂ ਸੀ ਆਉਂਦਾ। ਬੜੀ ਅਜੀਬ ਖੁਸ਼ੀ ਦੀ ਗੱਲ ਸੀ। ਆਪਣੀ ਗ੍ਰਿਫਤਾਰੀ ਦੇ ਕੁਝ ਹਫ਼ਤੇ ਪਿਛੋਂ ਹੀ ਇਸ ਹਨੇਰੀ ਇਮਾਰਤ ਵਿੱਚ ਉਹਨਾਂ ਲੋਕਾਂ ਦੀ ਵਰਦੀ ਵਿੱਚ ਇੱਕ ਆਦਮੀ ਮਿਲ ਜਾਣਾ ਜੋ ਸਿਰਫ ਗਾਲਾਂ ਕੱਢਦਾ ਤੇ ਮਾਰਨਾ ਕੁੱਟਣਾ ਹੀ ਜਾਣਦੇ ਸੀ ਇੱਕ ਚੰਗੇ ਇਨਸਾਨ ਦਾ ਮਿਲ ਜਾਣਾ ਇੱਕ ਦੋਸਤ ਦਾ ਮਿਲ ਜਾਣਾ ਜੋ ਤੁਹਾਨੂੰ ਆਪਣਾ ਹੱਥ ਫੜਾਉਂਦਾ ਤੇ ਭਾਵੇਂ ਪਲ ਭਰ ਲਈ ਤੁਹਾਡੀ ਉਹਨਾਂ ਲੋਕਾਂ ਨਾਲ ਗੱਲਬਾਤ ਕਰਾਉਣ ਚ ਮਦਦ ਕਰਦਾ ਜੋ ਇਹ ਸਭ ਕਾਸੀ ਦੇ ਬਾਅਦ ਵੀ ਜਿਉਂਦੇ ਰਹਿਣਗੇ ਤੇ ਨਾਲ ਹੀ ਜੋ ਜਿਉਂਦੇ ਨਹੀਂ ਰਹਿਣਗੇ ਤੇ ਐਨ ਉਸ ਮੌਕੇ ਤੇ ਜਦੋਂ ਗੋਲੀ ਨਾਲ ਉਡਾਏ ਜਾਣ ਵਾਲਿਆਂ ਦੇ ਨਾਂ ਬੋਲੇ ਜਾ ਰਹੇ ਸਨ ਰਤ ਪੀ ਪੀ ਕੇ ਨਸ਼ਿਆਏ ਤੇ ਉਹਨਾਂ ਲੋਕਾਂ ਦੇ ਵਿਚਕਾਰ ਜਿਨ੍ਹਾਂ ਦੇ ਗਲ ਦੇਸ਼ਤ ਨਾਲ ਇੰਨੇ ਘੁੱਟੇ ਹੋਏ ਸਨ ਕਿ ਜੇ ਉਹ ਚਾਹਦੇ ਤਾਂ ਵੀ ਕੋਈ ਚੀਕ ਨਾ ਕੱਢ ਸਕਦਾ ਅਜਾਈ ਘੜੀ ਇੱਕ ਦੋਸਤ ਦਾ ਮਿਲ ਜਾਣਾ ਨਹੀਂ ਇਹ ਵਿਸ਼ਵਾਸਯੋਗ ਨਹੀਂ ਹੈ ਜੇ ਸੱਚ ਨਹੀਂ ਤਾਂ ਘਟੂ ਘਟਿਕ ਤਾੜਨਾ ਜ਼ਰੂਰ ਹੈ ਪਰ ਉਸ ਆਦਮੀ ਵਿੱਚ ਕਿੰਨਾ ਆਤਮਿਕ ਬਲ ਹੋਏਗਾ ਜੋ ਮੇਰੇ ਵਰਗੇ ਹਾਲਾਤ ਹਾਲਤ ਵਿੱਚਲੇ ਬੰਦੇ ਵੱਲ ਆਪਣੇ ਆਪ ਦੋਸਤੀ ਦਾ ਹੱਥ ਵਧਾ ਰਿਹਾ ਹੈ ਕਿੰਨਾ ਹੌਸਲੇ ਵਾਲਸ ਮਹਿਨਾ ਕੁਲੰਗਿਆ ਮਾਰਸ਼ਲਾ ਹਟਾ ਲਿਆ ਗਿਆ ਸੀ ਤੇ ਰੋਲਾ ਮੁਗ ਗਿਆ ਸੀ ਸਭ ਤੋਂ ਵੱਧ ਜ਼ਾਲਮ ਘੜੀਆਂ ਯਾਦਾਂ ਬਣ ਕੇ ਰਹਿ ਗਈਆਂ ਸ਼ਾਮ ਦਾ ਵੇਲਾ ਸੀ ਇੱਕ ਹੋਰ ਤੁਸੀਂ ਇਹ ਭਰੀ ਪੁੱਛ ਗਿੱਚ ਪਿੱਛੋਂ ਮੈਨੂੰ ਉਹੀ ਸੰਤਰੀ ਫਿਰ ਕੋਠੇ 'ਚ ਛੱਡਣਾ ਆ। ਵੇਖੋ ਤੁਸੀਂ ਬਾਜੀ ਨਿਕਲੇ ਹੋ ਸਭ ਕੁਝ ਠੀਕ ਠਾਕ ਸੀ। ਉਹ ਬੜੀ ਚਿੰਤਾਜਨਕ ਉਹ ਬੜਾ ਚਿੰਤਾਜਨਕ ਦਿਖਾਈ ਦੇ ਰਿਹਾ ਸੀ। ਮੈਂ ਤਾਂ ਮਤਲਬ ਸਮਝ ਗਿਆ ਸੀ ਤੇ ਇਸ ਸਵਾਲ ਨੇ ਮੇਰੇ ਦਿਲ ਨੂੰ ਬਹੁਤ ਹਿਲਾਉਣਾ। ਹੋਰ ਗੱਲਾਂ ਤੋਂ ਇਲਾਵਾ ਉਹਦੀ ਇਮਾਨਦਾਰੀ ਤੇ ਮੇਰਾ ਪੱਕਾ ਵਿਸ਼ਵਾਸ ਹੋ ਗਿਆ। ਉਹ ਸਵਾਲ ਸਿਰਫ ਉਹ ਆਦਮੀ ਪੁੱਛ ਸਕਦਾ ਜਿਹਨੂੰ ਇਹ ਪੁੱਛਣ ਦਾ اخਲਾਕੀ ਹੱਕ ਹੋਵੇ। ਉਸੇ ਪਲਤ ਮੈਂ ਉਹਦੇ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ ਉਹ ਸਾਡੇ ਵਿੱਚੋਂ ਹੀ ਸੀ ਪਹਿਲੀ ਦੇਖ ਤੋਂ ਅਜੀਬ ਆਦਮੀ ਲੱਗਦਾ ਸੀ ਉਹ ਵਰਾਂਡੇ 'ਚ ਇਕੱਲਾ ਹੀ ਫਿਰਦਾ ਇੱਕਾਡੋਲ ਮੂੰਹ ਬੰਦ ਮਨੁੱਖ ਚੌਕਸ ਤੇ ਹਰ ਪਾਸੇ ਨਿਗਾਹ ਰੱਖਦਾ ਕੋਈ ਉੱਚਾ ਨਹੀਂ ਸੀ ਬੋਲਦਾ ਉਹ ਕਦੇ ਕਿਸੇ ਤੇ ਹੱਥ ਨਹੀਂ ਸੀ ਉਠਾਉਂਦਾ ਅਗਲੀ ਵਾਰ ਜਦੋਂ ਸਮੇਤ ਉਸੇ ਧਰੋ ਇਧਰ ਵੇਖੇ ਤਾਂ ਕਿਰਪਾ ਕਰਕੇ ਮੇਰੇ ਇੱਕ ਜੜ ਦੇਣੀ ਮੇਰੇ ਨਾਲ ਕੋਠੇ ਵਿੱਚ ਲੈ ਗਵਾਂਡੀ ਉਹਨੂੰ ਉਹਦੇ ਆਪਣੇ ਭਲੇ ਲਈ ਜ਼ਰਵアド ਸਰ ਗਰਮੀ ਵਿਖਾਉਣ ਲਈ ਕਹਿ ਰਹੇ ਸਨ ਇਹਦੀ ਕੋਈ ਜ਼ਰੂਰਤ ਨਹੀਂ ਹੁਣ ਸਿਰ ਹਿਲਾਉਂਦੇ ਹੋਏ ਕਿਹਾ ਉਹ ਚੱਕ ਬੋਲੀ ਤੋਂ ਬਿਨਾ ਹੋਰ ਕੁਝ ਨਹੀਂ ਸੀ ਬੋਲਦਾ ਉਹਦੀ ਹਰ ਚੀਜ਼ ਤੋਂ ਪਤਾ ਲੱਗਦਾ ਸੀ ਉਹ ਦੂਸਰਿਆਂ ਸਬਨਾ ਨਾਲੋਂ ਵੱਖਰੀ ਕਿਸਮ ਦਾ ਆਦਮੀ ਸੀ ਪਰ ਤੁਹਾਡੇ ਲਈ ਇਹ ਦੱਸਣਾ ਬੜਾ ਮੁਸ਼ਕਲ ਸੀ ਕਿ ਕਿਉਂ ਕੋਈ ਵੀ ਮਹਿਸੂਸ ਕਰਦੇ ਸੀ ਪਰ ਇਹਦਾ ਕਾਰਨ ਨਹੀਂ ਸੀ ਲੱਭ ਸਕਦੇ ਜਿੱਥੇ ਵੀ ਉਹਦੀ ਜ਼ਰੂਰਤ ਹੁੰਦੀ ਉਹ ਉੱਥੇ ਪਹੁੰਚ ਜਾਂਦਾ ਜਿੱਥੇ ਵੀ ਲੋਕ ਭੜਕ ਪੈਂਦੇ ਸੀ ਜਾਂ ਦਿਮਾਗੀ ਤੌਰ ਤੇ ਅਸਪਸ਼ਟ ਹੁੰਦੇ ਸਨ ਉੱਥੇ ਉਹ ਡੋਲ ਤਾ ਲਿਆ ਹੁੰਦਾ ਜਿੱਥੇ ਲੋਕ ਸਿਰ ਸੁੱਟ ਬੰਦੇ ਹਨ ਉਥੇ ਹੌਸਲਾ ਲੈ ਕੇ ਆਉਂਦਾ ਹੈ ਬਾਹਰ ਜਿੱਥੇ ਬਹੁਤ ਸਾਰੀਆਂ ਜਾਨਾਂ ਖਤਰੇ 'ਚ ਹੁੰਦੀਆਂ ਹਨ ਤੇ ਉਹਨਾਂ ਦਾ ਬਚਾਓ ਕਰ ਸਕਣ ਵਾਲੇ ਲੋਕਾਂ ਨਾਲ ਸਾਡਾ ਸਬੰਧ ਟੁੱਟ ਜਾਂਦਾ ਹੈ ਤੇ ਉਹ ਨਵਾਂ ਸਬੰਧ ਜੋੜਦਾ ਹੈ ਉਹ ਨਿੱਕੇ ਨਿੱਕੇ ਵਿਸਥਾਰਾਂ 'ਚ ਨਹੀਂ ਪੈਂਦਾ ਸਗੋਂ ਵੱਡੇ ਪੈਮਾਨੇ ਉੱਤੇ ਨਿਯਮਤ ਢੰਗ ਨਾਲ ਕੰਮ ਕਰਦਾ ਹੈ ਇਹ ਕੋਈ ਨਵੀਂ ਗੱਲ ਨਹੀਂ ਅਸੀਂ ਸ਼ੁਰੂ ਤੋਂ ਹੀ ਇਹ ਇਰਾਦਾ ਧਾਰ ਕੇ 나ਜ਼ੀਆਂ ਦੀ ਨੌਕਰੀ 'ਚ ਸ਼ਾਮਲ ਹੋਏ ਹਾਂ ਐਡੋਲਫ ਕੋਲੈਂਸਕੀ ਜਿਸ ਚੱਕ ਪਹਿਰੇਦਾਰ ਦੀ ਅਸੀਂ ਗੱਲ ਕਰ ਰਹੇ ਹਾਂ ਮੋਰਾਵਿਆ ਦੇ ਇੱਕ ਪੁਰਾਣੇ ਘਰਾਨੇ ਚੋਂ ਸੀ ਉਹਨੇ ਜਦੋਂ ਪਹਿਲਾਂ ਹਰਾ ਹਰਾ ਡੋਕ ਕਰਾ ਲੋਵੇ ਤੇ ਫਿਰ ਪੰਕਰਤ ਪੰਕਰਤ ਸਵਿਚ ਚੱਕ ਕੈਦੀਆਂ ਦੇ ਪਹਿਰੇਦਾਰ ਦੇ ਕੰਮ ਲਈ ਅਰਜ਼ੀ ਦਿੱਤੀ ਸੀ ਤਾਂ ਆਪਣੇ ਆਪ ਨੂੰ ਜਰਮਨ ਜ਼ਾਹਰ ਕੀਤਾ ਸੀ ਜੋ ਲੋਕੋ ਨੂੰ ਜਾਣਦੇ ਸੀ ਉਹਨਾਂ ਦੇ ਮਨਾਂ 'ਚ ਕਈ ਕੋੜੇ ਖਿਆਲ ਉੱਠੇ ਹੋਣਗੇ 4 ਸਾਲਾਂ ਪਿਛੋਂ ਜੇਲ੍ਹ ਦਾ ਜਰਮਨ ਸੁਬਡੈਂਕ ਕੋਲਿੰਸਕੀ ਉਤੇ ਹੂਰਾ ਉੱਗਰ ਕੇ ਧਮਕੀ ਦਿੰਦਾ ਹੈ ਮੈਂ ਤੇਰੇ ਵਿੱਚੋਂ ਸਾਰਾ ਚੈੱਕ ਪੁਣਾ ਕੱਢ ਦਿਆਂਗਾ ਸਿਵਡੈਂਟ ਬਹੁਤ ਪਛੜ ਗਿਆ ਹੈ ਉਹਦੇ ਇਹ ਉਹਦੀ ਗਲਤਫਹਮੀ ਹੈ ਉਹਨੂੰ ਕੋਲਿੰਸਕੀ ਦਾ ਚੈੱਕ ਪੁਣਾ ਹੀ ਨਹੀਂ ਬਦਲਣਾ ਪਏਗਾ ਸਗੋਂ ਉਹਦੇ ਅੰਦਰਲੀ ਸਾਰੀ ਮਨੁੱਖਤਾ ਦਰੜਣੀ ਪਏਗੀ ਉਹ ਜਿਹੜੇ ਆਦਮੀਆਂ ਜੋ ਜਾਣ ਬੁੱਝ ਕੇ ਦੁਸ਼ਮਣ ਨਾਲ ਜਾ ਰਲੇਆ ਤਾਂ ਕਿ ਉਹ ਦੀਆਂ ਆਪਣੀਆਂ ਹੀ ਸਫਾਂ ਵਿੱਚੋਂ ਉਹਦੇ ਵਿਰੁੱਧ ਲੜੇ ਤੇ ਦੂਸਰਿਆਂ ਦੀ ਉਹਦੇ ਵਿਰੁੱਧ ਲੜਨ 'ਚ ਮਦਦ ਕਰੇ ਇਹ ਉਹ ਆਦਮੀਆਂ ਜਿਹਨੂੰ ਲਗਾਤਾਰ ਖਤਰੇ ਦੀ ਹੋਂਦ ਰਹੀ ਆਪਣੇ ਇਰਾਦੇ ਵਿੱਚ ਸਗੋਂ ਹੋਰ ਮਜ਼ਬੂਤ ਕੀਤਾ ਸਾਡੇ ਆਪਣੇ ਲੋਕ ਜੇ ਉਹ ਲੋਕ 11 ਫਰਵਰੀ 1943 ਨੂੰ ਨਾਸ਼ਤੇ ਵਾਸਤੇ ਉਸ ਕਾਲੇ ਕਾੜੇ ਦੀ ਥਾਂ ਜੋ ਪਤਾ ਨਹੀਂ ਕਾਦਾ ਬੜਿਆ ਹੁੰਦਾ ਸੀ ਕੋਕੋ ਲੈ ਆਉਂਦਾ ਤਾਂ ਵੀ ਅਸੀਂ ਇਸ ਕਰਾਮਾਤ ਨੂੰ ਬਹੁਤਾ ਨਾ ਗੋਲਦੇ ਕਿਉਂਕਿ ਉਸੇ ਸਵੇਰ ਇੱਕ ਹੋਰ ਕਰਾਮਾਤ ਹੋਈ ਸੀ ਕਿ ਚੱਕ ਪੁਲਿਸੀ ਦੀ ਵਰਦੀ ਸਾਡੀ ਕੋਠੀ ਦੇ ਵਾਲੇ ਚੱਕਰ ਘੱਟ ਰਹੀ ਸੀ ਇਹ ਸਿਰਫ ਚੱਕਰ ਹੀ ਘੱਟ ਰਹੀ ਸੀ ਜੋ ਕੁਝ ਅਸੀਂ ਵੇਖਿਆ ਉਹ ਕਾਲੀ ਪਤਲੂਨ ਤੇ ਉੱਚੇ ਬੂਟਾਂ ਦਾ ਇੱਕ ਕਦਮ ਸੀ ਇੱਕ ਗੂੜੀ ਨੀਲੀ ਕਮੀਜ਼ ਵਾਲੀ ਬਾਹ ਇੱਕ ਹੱਥ ਟਾਲੇ ਦਾ ਕੱਪੜੇ ਉਹਨਾਂ ਕੋਠੀ ਦਾ ਦਰਵਾਜ਼ਾ ਖੋਲਿਆ ਫਿਰ ਬੰਦ ਕਰ ਦਿੱਤਾ ਲੂਪ ਹੋ ਗਏ ਇਹਨੀ ਤੇਜ਼ੀ ਨਾਲ ਵਾਪਰੇ ਕਿ ਅਸੀਂ 15 ਮਿੰਟ ਪਿਛੋਂ ਤੱਕ ਵੀ ਇਹ ਮੰਨਣ ਲਈ ਤਿਆਰ ਨਹੀਂ ਸੀ ਕਿ ਅਸੀਂ ਇਹ ਕੁਝ ਵੇਖਿਆ ਸੀ ਸੰਕਰਤਾਸ ਵਿੱਚ ਚੈੱਕ ਪੁਲਸੀਆ ਇਸ ਇੱਕੋ ਇੱਕ ਗੱਲ ਵਿੱਚੋਂ ਕੀ ਸਿੱਟੇ ਕੱਢੇ ਜਾ ਸਕਦੇ ਸੀ 2 ਘੰਟਿਆਂ ਦੇ ਅੰਦਰ ਹੀ ਅਸੀਂ ਇੱਕ ਇਹ ਸਿੱਟੇ ਕੱਢ ਰਹੇ ਸੀ ਕੋਠੜੀ ਦਾ ਦਰਵਾਜ਼ਾ ਫੇਰ ਖੁੱਲਿਆ ਇੱਕ ਚੈੱਕ ਟੋਪੀ ਵਾਲੇ ਪੁਲਸੀਏ ਨੇ ਅੰਦਰ ਝਾਤੀ ਮਾਰੀ ਤੇ ਸਾਡੀ ਹੈਰਾਨੀ ਤੇ ਖੁੱਲ ਕੇ ਮੁਸਕਰਾਉਂਦੀ ਹੋਈ ਕਿਆ ਨਾਜ਼ੀ ਪੁਲਸੀਆਂ ਦੀਆਂ ਹਰੀਆਂ ਭੂਰੀਆਂ ਵਰਦੀਆਂ ਵਿੱਚਕਾਰ ਬਹੁਤ ਸਾਰੇ ਕਾਲੇ ਡੱਬ ਨਜ਼ਰ ਆਏ ਚੈੱਕ ਪੁਲਿਸ ਅਫਸਰ ਜੋ ਸਾਨੂੰ ਬੜਾ ਖੁਸ਼ ਦਿਖ ਰਏ ਸੀ ਸਾਡੇ ਨਾਲ ਇਹਦੇ ਕੀ ਅਰਥ ਹੋ ਸਕਦੇ ਨੇ ਇਹ ਲੋਕ ਕਿਸ ਕਿਸ ਕਿਸਮ ਦੇ ਹੋਣਗੇ ਭਾਵੇਂ ਕਿਸੇ ਕਿਸਮ ਦੇ ਵੀ ਹੋਣ ਇਹ ਹਕੀਕਤ ਹੈ ਕਿ ਉਹ ਇੱਥੇ ਹਨ ਬੜੀ ਸਪਸ਼ਟ ਬੁਲੀਜ ਕਈ ਕੁਝ ਦੱਸ ਰਹੀ ਹੈ ਉਨਜ਼ਾਮ ਉਸ ਸਮੇਂ ਆਪਣੇ ਅੰਤ ਦੇ ਕਿੰਨਾ ਨੇੜੇ ਹੋਏਗਾ ਜਦੋਂ ਆਪਣੇ ਸਭ ਤੋਂ ਨਾਜ਼ੁਕ ਸਰਕਾਰੀ ਢਾਂਚੇ ਆਪਣੀ ਆਸਰੇ ਦੀ ਸਭ ਤੋਂ ਜ਼ਰੂਰੀ ਜਥੇਬੰਦੀ 'ਚ ਉਸੇ قوم ਦੇ ਆਦਮੀਆਂ ਨੂੰ ਸ਼ਾਮਲ ਕਰ ਲੈ ਮਜਬੂਰ ਹੋ ਗਿਆ ਹੋਵੇ ਜਿਹਨੂੰ ਤਸ਼ੱਦਦ ਨਾਲ ਦਬਾਉਣਾ ਚਾਹੁੰਦਾ ਹੈ ਤੇ ਜੇ ਉਹ ਕੁਝ ਗਿਣਤੀ ਦੇ ਸਪਾਈ ਹਾਸਲ ਕਰਨ ਲਈ ਆਪਣੀ ਪੁਲਿਸ ਤਾਕਤ ਨੂੰ ਕਮਜ਼ੋਰ ਕਰਨ ਲਈ ਤਿਆਰ ਹੈ ਤਾਂ ਜੰਗੀ ਮੋਰਚੇ ਤੇ ਉਹਨੂੰ ਆਦਮ ਸ਼ਕਤੀ ਦੀ ਕਿੰਨੀ ਵੱਡੀ ਘਾਟ ਹੋਏਗੀ ਇਸ ਹਿਸਾਬ ਨਾਲ ਇਹ ਨਿظام ਕਿੰਨਾ ਕੁ ਚਿਰ ਹੋਰ ਜਿਉਣ ਦੀ ਆਸ ਕਰ ਸਕਦਾ ਹੈ ਇਹਨਾਂ ਪਹਿਰੇਦਾਰਾਂ ਦੀ ਗਿਣਤੀ ਜਿੰਨੀ ਪਹਿਲਾਂ ਅਸੀਂ ਸੋਚਦੇ ਸੀ ਉਸ ਤੋਂ ਕਿਤੇ ਜ਼ਿਆਦਾ ਹੈ ਅਸਲ ਚ ਹਾਲਤ ਇਹ ਸੀ ਕਿ ਹਕੂਮਤ ਦੀ ਮਸ਼ੀਨ ਲਈ ਹੋਰ ਕੋਈ ਚਾਰਾ ਨਹੀਂ ਸੀ ਆਪਣੀ ਰਾਖੀ ਦਾ ਪੂਰਾ ਪ੍ਰਬੰਧ ਕਰਨ ਲਈ ਜੋ ਕੁਝ ਚਾਹੀਦਾ ਸੀ ਉਹਦੇ ਲਈ ਉਸ ਕੋਲ ਪੂਰੇ ਆਦਮੀ ਨਹੀਂ ਸਨ ਰਹਿ ਗਏ ਪੰਕਰਤਾਸ ਵਿੱਚ ਅਸੀਂ ਚੈੱਕ ਕਰਦਿਆਂ ਸਭ ਤੋਂ ਪਹਿਲਾਂ 11 ਫਰਵਰੀ ਨੂੰ ਦੇਖੀ ਆਂ ਅਗਲੇ ਦਿਨ ਅਸੀਂ ਉਹਨਾਂ ਵਿੱਚੋਂ ਲਈ ਆਦਮੀਆਂ ਨੂੰ ਪਛਾੜਨਾ ਸ਼ੁਰੂ ਕਰਤਾ ਉਹਨਾਂ ਵਿੱਚੋਂ ਇੱਕ ਸਾਡੇ ਵੱਲ ਆਇਆ ਬਰੂਹਾਂ ਤੇ ਖੜਿਆ ਹੀ ਬੇਚੈਨੀ ਨਾਲ ਪੈਰ ਬਦਲ ਕੇ ਪੈਰ ਬਦਲਦੇ ਹੋਏ ਕੋਠੀ ਅੰਦਰ ਝਾਤੀ ਮਾਰੀ ਫਿਰ ਸਾਡੀ ਨਿਗਾਹ ਦਾ ਅਚਨ ਖੌਸਲੇ ਨਾਲ ਉੱਤਰ ਦਿੱਤਾ ਇੱਕ ਛੋਟੇ ਜਿਹੇ ਲੇਲੇ ਵਾਂਗ ਜੋ ਲੜਾਕੂ ਜ਼ੋਰ ਨਾਲ ਇੱਕੋ ਵੇਰੀ ਚੌ ਪੈਰਾਂ ਤੇ ਉਛਲ ਪੈਂਦਾ ਹਾਂ ਕੀ ਹਾਲ ਹੈ ਭੀ ਤੁਹਾਡਾ ਅਸੀਂ ਮੁਸਕਰਾਟ ਨਾਲ ਉੱਤਰ ਦਿੱਤਾ ਤੇ ਉਹ ਵੀ ਮੁਸਕਰਾਇਆ ਫਿਰ ਫੁੱਟ ਪਿਆ ਕੁਛ ਅਛੁੱਟੇ ਕਰੋ ਹੁਣ ਤਾਂ ਕਿਸੇ ਗਲਤਫਹਿਮੀ ਦੀ ਗੁੰਜਾਇਸ਼ ਨਹੀਂ ਸੀ ਸਾਡੇ ਨਾਲ ਨਾਰਾਜ਼ ਨਾ ਹੋ ਸੱਚ ਜਾਣਿਓ ਕਿ ਅਸੀਂ ਤੁਹਾਡੇ ਤੇ ਪੈਰਾ ਦੇਣ ਨਾਲੋਂ ਬਾਹਰ ਸੜਕਾਂ ਦੇ ਫਿਰਨਾ ਚੰਗਾ ਸਮਝਦੇ ਆ ਸਾਨੂੰ ਮਜਬੂਰ ਨੇ ਕਰਨਾ ਪਿਆ ਸੀ ਪਰ ਸ਼ਾਇਦ ਸ਼ਾਇਦ ਇਹਦਾ ਕੋਈ ਚੰਗਾ ਹੀ ਸੱਟਾ ਨਿਕਲ ਆਏ ਜਦੋਂ ਅਸੀਂ ਉਹਨੂੰ ਦੱਸਿਆ ਕਿ ਅਸੀਂ ਉਹਨਾਂ ਦੇ ਪੰਕਰਾਤ ਸੌਣ ਬਾਰੇ ਕੀ ਸੋਚਦੇ ਸਾਂ ਤੋਂ ਉਹਨਾਂ ਬਾਰੇ ਸਾਡੇ ਕੀ ਵਿਚਾਰ ਸਨ ਤੋਂ ਬਹੁਤ ਖੁਸ਼ ਹੋਇਆ ਇਸ ਤਰ੍ਹਾਂ ਸੀ ਉਸੇ ਪਲ ਤੋਂ ਹੀ ਦੋਸਤ ਬਣ ਗਏ ਉਹ ਵਿਤੇਕ ਸੀ ਸਿੱਧਾ ਸਾਦਾ ਨੇਕ ਦਿਲ ਮੁੰਡਾ ਇਹ ਉਹ ਸਭ ਤੋਂ ਪਹਿਲਾ ਆਦਮੀ ਸੀ ਜੋ ਸਵੇਰ ਸਾਡੀ ਕੋਠੀ ਦੁਆਲੇ ਘੁੰਮ ਰਿਹਾ ਸੀ ਦੂਸਰਾ ਸੀ ਤੁਮਾ ਪੁਰਾਣੀ ਚੈੱਕ ਪੁਲਿਸ ਦਾਸ ਲਈ ਨਮੂਨਾ ਖੁਰਦਰਾ ਤੇ ਖੱਪ ਪਾਉਣ ਵਾਲਾ ਪਰ ਬੁਨਿਆਦੀ ਤੌਰ ਤੇ ਚੰਗਾ ਉਸ ਕਿਸਮ ਦਾ ਜਿਸ ਨੂੰ ਅਸੀਂ ਰਿਪਬਬਲਿਕ ਦੀਆਂ ਜੇਲਾਂ ਚ ਚਾਚਾ ਕਹਿੰਦੇ ਹੁੰਦੇ ਸੀ ਤੇ ਉਹ ਆਪਣੀ ਨੌਕਰੀ ਵਿੱਚ ਕੋਈ ਅਸਾਧਾਰਨਤਾ ਮਹਿਸੂਸ ਨਹੀਂ ਸੀ ਕਰਦਾ ਇਹਦੇ ਉਲਟ ਉਹ ਬਿਲਕੁਲ ਘਰ ਵਾਂਗ ਮਹਿਸੂਸ ਕਰਦਾ ਸੀ ਤੇ ਅਮਨ ਕਾਇਮ ਰੱਖਦਾ ਸੀ ਜਾਂ ਪਣੇ ਤਰੀਕੇ ਨਾਲ ਆਮ ਗੰਦੇ ਮਖੌਲਾਂ ਨਾਲ ਭੰਗ ਕਰ ਦਿੰਦਾ ਉਹ ਕੋਠੀ 'ਚ ਕੁਝ ਰੋਟੀ ਜਿਹਾ ਸਿਗਟਾਂ ਦੇ ਜਾਂਦਾ ਕਿਸੇ ਨਾਲੋਂ ਵੀ ਸਿਆਸੀ ਹਾਲਾਤ ਤੋਂ ਬਿਨਾਂ ਹਰ ਮਸਲੇ ਬਾਰੇ ਗੱਲਾਂਬਾਤਾਂ ਕਰਕੇ ਵਕਤ ਗੁਜ਼ਾਰਦਾ ਉਹ ਇਹ ਸਭ ਕੁਝ ਬੜੇ ਸੁਭਾਵਕ ਤੇ ਕੁਦਰਤੀ ਤੌਰ ਤੇ ਕਰਦਾ ਸੀ ਤੇ ਇਹ ਗੱਲ ਕਦੇ ਨਹੀਂ ਚੁਪਾਉਂਦਾ ਕਿ ਪਹਿਰੇਦਾਰ ਦੀ ਡਿਊਟੀ ਬਾਰੇ ਉਹਦਾ ਇਹ ਹੀ ਦ੍ਰਿਸ਼ਟੀਕੋਣ ਹੈ ਇਸ ਬਦਲੇ ਪਹਿਲੀ ਝਾਤ ਨੇ ਉਹਨੂੰ ਵਧੇਰੇ ਸਾਵਧਾਨ ਰਹਿਣ ਲਈ ਮਜਬੂਰ ਕੀਤਾ ਪਰ ਉਹ ਬਦਲਿਆ ਨਹੀਂ ਉਹ ਹੁਣ ਵੀ ਪੁਰਾਣਾ ਚਾਚਾ ਪੁਲਸੀਆ ਦੇ ਹੀ ਸੀ ਤੁਸੀਂ ਕਦੇ ਵੀ ਉਹ ਤੋਂ ਕੋਈ ਚੀਜ਼ ਮੰਗਣ ਦਾ ਹੱਕ ਨਹੀਂ ਸੀ ਕਰ ਸਕਦੇ ਪਰ ਉਹਦੇ ਕੋਲ ਹੁੰਦਿਆਂ ਸੁੱਖ ਦਾ ਸਾਹ ਜ਼ਰੂਰ ਲੈ ਸਕਦੇ ਸੀ ਤੀਜਾ ਚੱਕ ਪੁਲਸੀਆ ਮਥੇ ਤੇ ਤਿੜੀਆਂ ਵਾਈਟ ਚ ਪੰਜਾਬ ਕੋ ਚਨਾਵ ਵੇਖਦਾ ਹੋਇਆ ਬਰਾਂਡੇ 'ਚ ਫਿਰਦਾ ਰਹਿੰਦਾ ਗੱਲਬਾਤ ਕਰਨ ਲਈ ਗੱਲਬਾਤ ਕਰਨ ਦੀਆਂ ਕੋਸ਼ਿਸ਼ਾਂ ਵੱਲ ਕੋਈ ਧਿਆਨ ਨਾ ਦਿੰਦਾ ਇਹ ਸ ਆਦਮੀ ਨੂੰ ਚੁਣ ਕੇ ਉਹਨਾਂ ਕੋਈ ਮਾਰਕਾ ਨਹੀਂ ਮਾਰਿਆ ਬਾਪੂ ਨੇ ਉਹਨੂੰ ਇੱਕ ਹਫਤਾ ਵੇਖਣ ਰੱਖੋਇਆ ਇਹ ਉਹਨਾਂ ਸਾਰਿਆਂ 'ਚ ਸਭ ਤੋਂ ਘੱਟ ਕਾਮਯਾਬ ਹੈ ਜਾਂ ਫਿਰ ਸਭ ਤੋਂ ਵੱਧ ਹੁਸ਼ਿਆਰ ਮੈਂ ਸਿਰਫ ਬਹਿਸ ਛੇੜਨ ਲਿਆ ਕਿਉਂਕਿ ਇਨਕੀ ਗੱਲਾਂ ਤੇ ਵਿਚਾਰਾਂ ਦੀ ਪਰਸਪਰ ਵਿਰੋਧਤਾ ਹੀ ਕੋਠੀ ਦੀ ਜ਼ਿੰਦਗੀ 'ਚ ਜਾਨ ਪਾ ਦਿੰਦੀ ਹੈ। ਸਿਪਾਹੀ ਜ਼ਾਰੋਸਲਾਵ ਹੋਰਾਂ ਦੀ ਕਹਾਣੀ ਬੜੀ ਸੰਖੇਪ ਜਈ ਹੈ ਪਰ ਇਸ ਵਿੱਚ ਇੱਕ ਆਦਮੀ ਦੀ ਸਮੁੱਚੀ ਜ਼ਿੰਦਗੀ ਚਲਕਦੀ ਹੈ। ਰਾਦਨਿਕੋ ਦੇਸ਼ ਦੀ ਇੱਕ ਦੁਰੇਡੀ ਨੁੱਕਰ ਹੈ। ਇਹ ਸੋਹਣੇ ਇਲਾਕੇ ਵਿੱਚ ਸਥਿਤ ਹੈ ਪਰ ਹੈ ਖੁਸ਼ਕ ਤੇ ਗਰੀਬ। ਉਹਦਾ ਪਿਓ ਸ਼ੀਸ਼ੇ ਦਾ ਕੰਮ ਕਰਦਾ ਸੀ ਜਿਹਦਾ ਜੀਵਨ ਬਹੁਤ ਔਖਾ ਸੀ ਜਦੋਂ ਕੰਮ ਹੁੰਦਾ ਬਹੁਤ ਭਾਰੀ ਮੁਸ਼ਕਲ ਕਰਨੀ ਪੈਂਦੀ ਤੇ ਜਦੋਂ ਬੇਰੋਜ਼ਗਾਰੀ ਧਰਤੀ ਤੇ ਆਵਸਥੀ ਤੱਕ ਅੰਗਾਲੀ ਹੁੰਦੀ ਸੀ ਇਹ ਜਾਂ ਤਾਂ ਆਦਮੀ ਦੀਆਂ ਗੁੱਡੀਆਂ ਲਵਾ ਦਿੰਦੀ ਜਾਂ ਚੰਗੇਰੀ ਦੁਨੀਆ ਦੇ ਸੁਪਨਿਆਂ ਨਾਲ ਸਿਰ ਉੱਚਾ ਕਰ ਦਿੰਦੀ ਚੰਗੇਰੀ ਦੁਨੀਆ 'ਚ ਵਿਸ਼ਵਾਸ ਲਈ ਤੇ ਇਹਦੇ ਲਈ ਸੰਗਰਾਮ ਕਰਨ ਲਈ ਉਹਦਾ ਪਿਓ ਕਮਿਊਨਿਸਟ ਬਣ ਗਿਆ ਨੌਜਵਾਨ ਜਰਦਾ ਮਈ ਦਿਵਸ ਦੀ ਪ੍ਰੇਡ 'ਚ ਸਾਈਕਲ ਦਸਤੇ ਵਿੱਚ ਸੀ ਤੇ ਉਹਨੇ ਚੱਕਿਆਂ ਦੁਆਲੇ ਇੱਕ ਲਾਲ ਫੀਤਾ ਸਜਾਇਆ ਹੋਇਆ ਸੀ ਉਹ ਇਹ ਲਾਲ ਫੀਤਾ ਉੱਥੇ ਨਹੀਂ ਸੀ ਛੱਡ ਗਿਆ ਜਦ ਉਸ ਕੋਡਾ کارਖਾਨੇ ਚ ਆਪਣੀ ਪਹਿਲੀ ਨੌਕਰੀ ਸਮੇ ਖਰਾਦ ਵਾਲੇ ਕਮਰੇ ਚ ਦਾਖਲ ਹੋਇਆ ਤਾਂ ਆਪਣੇ ਦਿਲ ਅੰਦਰ ਸਾਬ ਕੇ ਨਾਲ ਹੀ ਉੱਥੇ ਲੈ ਗਿਆ ਸੀ ਬੇਰੋਜ਼ਗਾਰੀ ਦਾ ਸੰਕਟ ਆਇਆ ਫਿਰ ਫੌਜ ਦੀ ਨੌਕਰੀ ਕੀਤੀ ਆਮ ਤਨੂੰ ਪੁਲਿਸ ਦੀ ਨੌਕਰੀ ਕਰਨ ਦਾ ਮੌਕਾ ਮਿਲਿਆ ਮੈਨੂੰ ਪਤਾ ਨਹੀਂ ਕਿ ਇਸ ਸਮੇਂ ਦੌਰਾਨ ਨਾਲ ਫਿਤਾਉ ਦੇ ਅੰਦਰ ਕੀ ਕਰਦਾ ਰਿਹਾ ਸ਼ਾਇਦ ਉਹ ਕਿਤੇ ਲਪੇਟਿਆ ਪਿਆ ਸੀ ਸ਼ਾਇਦ ਅੱਧ ਪਛਦਾ ਭੁੱਲ ਗਿਆ ਸੀ ਪਰ ਗਵਾਚਾ ਨਹੀਂ ਸੀ ਇੱਕ ਦਿਨ ਉਹਦੀ ਪੰਕਰਤ ਸਵਿਚ ਡਿਊਟੀ ਲਾਤੀ ਉਹ ਕੋਲਿੰਸਕੀ ਵਾਂਗ ਆਪਣੀ ਮਰਜ਼ੀ ਨਾਲ ਪਹਿਲਾਂ ਹੀ ਸੋਚਿਆ ਸਮਝਿਆ ਮੰਤਵ ਲੈ ਕੇ ਨਹੀਂ ਸੀ ਆਇਆ ਪਰ ਜਦੋਂ ਨੇ ਪਹਿਲੀ ਕੋਠੀ ਦੇ ਅੰਦਰ ਬਾਹਰ ਇੱਕ ਛਾਤੀ ਮਾਰੀ ਤਾਂ ਉਹਦਾ ਮੰਤਵ ਉਜਾਗਰ ਹੋ ਉਠਿਆ ਲਾਲ ਫਿੱਤਾ ਖੁੱਲ ਗਿਆ ਸਭ ਤੋਂ ਪਹਿਲਾਂ ਉਹਨੂੰ ਆਪਣੇ ਅਮਲ ਦੇ ਅਮਲ ਦੇ ਮੈਦਾਨ ਦਾ ਜਾਇਜ਼ਾ ਲੈਣਾ ਪੈਣਾ ਸੀ ਤੇ ਫਿਰ ਆਪਣੀ ਤਾਕਤ ਹਾੜ ਨਹੀਂ ਪੈਣੀ ਸੀ ਡੂੰਗੀ ਵਿਚਾਰ ਵਿੱਚ ਡੁੱਬੇ ਹੋਏ ਦੇ ਮੱਥੇ ਤੇ ਵੱਟ ਪੈ ਰਹੇ ਨੇ ਕਿੱਥੋਂ ਸ਼ੁਰੂ ਕਰਾਂ ਕਿਵੇਂ ਸ਼ੁਰੂ ਕਰਾਂ ਉਹ ਕੋਈ ਸਿਆਸਤਦਾਨ ਨਹੀਂ ਸੀ ਸੋ ਕੁਸਦਾਰਨ ਜਿਹੜਾ ਲੋਕਾਂ ਦਾ ਜਾਇਆ ਸੀ ਆਪਣੀ ਯੋਧਾ ਤਜਰਬਾ ਉਹਦੇ ਕੋਲ ਸੀ ਤੇ ਆਪਣੀ ਸ਼ਖਸੀਅਤ ਜਿਸ ਦੁਆਲੇ ਉਹਦਾ ਫੈਸਲਾ ਬਣਿਆ ਜਦੋਂ ਉਹਨੇ ਫੈਸਲਾ ਕਰ ਲਿਆ ਕਿ ਕੀ ਕੀਤਾ ਜਾਏ ਤਾਂ ਵਟਾਂ ਵਾਲੇ ਕੋਈ ਜੋ ਇੱਕ ਆਦਮੀ ਬਾਹਰ ਨਿਕਲ ਆਇਆ ਅੰਦਰੋਂ ਇੱਕ ਸਾਫ਼ ਆਦਮੀ ਸੀ ਬਹੁਤ ਹੀ ਸਾਫ਼ ਤੇਜ਼ ਅਹਿਸਾਸ ਵਾਲਾ ਸ਼ਰਮਾਕਲ ਪਰ ਇੱਕ ਮਰਦ ਉਹਦੇ ਵਿੱਚ ਹਰ ਲੋੜੀਂਦਾ ਕੰਮ ਕਰਨ ਜੋਗਾ ਹੌਸਲਾ ਸੀ ਛੋਟੇ ਤੋਂ ਵੱਡੇਆ ਦੋਹਾਂ ਦੇ ਦੋਵੇਂ ਹੀ ਕੰਮ ਜ਼ਰੂਰੀ ਹੁੰਦੇ ਸੀ ਇਸ ਲਈ ਛੋਟੇ ਵੱਡੇ ਦੋਵੇਂ ਕਿਸਮ ਦਾ ਬੰਦਾ ਕੰਮ ਕਰਦਾ ਸੀ ਉਹ ਅਡੋਲ ਕੰਮ ਕਰਦਾ ਬਿਨਾਂ ਕਿਸੇ ਹਿਲਜੁਲ ਦੀ ਸੋਚ ਵਿਚਾਰ ਕੇ ਪਰ ਬਿਨਾਂ ਕਿਸੇ ਭੈ ਦੇ ਇਹ ਸਭ ਕੁਝ ਉਹਦੇ ਲਈ ਕੁਦਰਤੀ ਤੇ ਸੁਭਾਵਕ ਸੀ ਇਹ ਉਹਦਾ ਅਮੋਲ ਆਤਮਿਕ ਫਰਜ਼ ਹੈ ਕਿ ਕੰਮ ਹੈ ਜੋ ਕਰਨਾ ਜ਼ਰੂਰੀ ਹੈ ਸੋ ਇਹਦੇ ਬਾਰੇ ਗੱਲਾਂ ਕਰਨ ਦਾ ਕੀ ਫਾਇਦਾ ਚਾਚਾ ਸਕੋ ਰੇਪਾ ਜਦੋਂ ਤੁਹਾਨੂੰ ਇਹਨਾਂ ਤਿੰਨਾਂ ਨੂੰ ਇਕੱਠਿਆਂ ਵੇਖਣ ਦਾ ਮੌਕਾ ਮਿਲੇ ਤਾਂ ਇੱਕ ਨਿੱਗੀ ਜਿਹੀ ਜਥੇਬੰਦੀ ਦੀ ਜਿਉਂਦੀ ਤਸਵੀਰ ਤੁਹਾਡੇ ਸਾਹਮਣੇ ਆ ਜਾਂਦੀ ਹੈ ਸੱਸਾ ਸੱਸਾ ਪਹਿਰੇਦਾਰ ਕੋਲਿੰਸਕੀ ਦੀ ਹਰੀ ਪੂਰੀ ਵਰਦੀ ਹੋਰਾਂ ਦੀ ਚੈੱਕ ਪੁਲਿਸ ਦੀ ਗਾੜੀ ਨੀਲੀ ਵਰਦੀ ਚਾਚੇਸ ਕੋਰੇਪਾ ਦੀ ਜੇਲ੍ਹ ਦੇ ਲੰਬੜਦਾਰ ਵਾਲੀ ਹਲਕੀ ਤੇ ਉਦਾਸ ਵਰਦੀ ਔਰ ਤੁਸੀਂ ਇਹਨਾਂ ਤਿੰਨਾਂ ਨੂੰ ਬਹੁਤ ਹੀ ਘੱਟ ਕੱਲਿਆਂ ਵੇਖੋਗੇ ਬਹੁਤ ਹੀ ਘੱਟ ਵੇਰ ਇਹਦਾ ਸਪਸ਼ਟ ਕਰ ਰਿਹਾ ਨੇ ਕਿ ਉਹ ਅਸਲ ਵਿੱਚ ਹਰ ਵੇਲੇ ਇਕੱਠੇ ਹਨ ਜੇਲ੍ਹ ਦੇ ਕਾਨੂੰਨ ਵਰਾਂ ਦੇ ਸਫਾਈ ਕਰਨਾ ਤੇ ਖਾਨਵੰਨਨ ਦਾ ਕੰਮ ਸਿਰਫ ਖਾਸ ਪਰੋਸੇ ਹੋਗਾ ਅਨੁਸ਼ਾਸਤ ਤੇ ਦੂਜਿਆਂ ਤੋਂ ਪੂਰੀ ਤਰ੍ਹਾਂ ਨਿਖੇੜੇ ਹੋਏ ਕੈਦੀਆਂ ਨੂੰ ਹੀ ਕਰਨ ਦੀ ਆਗਿਆ ਦਿੰਦੇ ਇਹਨੇ ਕਾਨੂੰਨ ਦੇ ਅੱਖਰ ਮੁਰਦਾ ਅੱਖਰ ਬਿਲਕੁਲ ਮੁਰਦਾ ਇਥੇ ਇਹੋ ਜੇ ਕੋਈ ਲੰਬੜਦਾਰ ਨਹੀਂ ਤੇ ਨਾ ਹੀ ਕਦੇ ਹੋਏ ਹਨ ਗੈਸਟ ਆਪੋ ਦੀ ਕਿਸੇ ਵੀ ਜੇਲ੍ਹ ਵਿੱਚ ਨਹੀਂ ਹਨ ਇਥੋਂ ਦੇ ਲੰਬੜਦਾਰ ਤਾਂ ਜਾਣਕਾਰੀ ਹਾਸਲ ਕਰਨ ਵਾਲੇ ਅੰਗਾ ਵਾਂਗ ਟੋਣ ਤੇ ਗੱਲਾਂ ਪਤਾ ਕਰਨ ਦੇ ਵਸੀਲੇ ਹਨ ਜਿਨ੍ਹਾਂ ਨੂੰ ਕੋਠੜੀਆਂ ਅੰਦਰਲੇ ਜਥੇਬੰਦੀਆ ਜ਼ਾਤ ਦੁਨੀਆ ਨਾਲ ਸੰਬੰਧ ਜੋੜਨ ਲਈ ਵਰਤਦੀ ਹੈ ਤਾਂ ਕਿ ਉਹ ਜਿਉਂਦਿਆਂ ਰਿਆ ਜਾ ਸਕੇ ਤੇ ਦੂਸਰਿਆਂ ਨਾਲ ਸੰਬੰਧ ਜੋੜੇ ਜਾ ਸਕਣ ਕਿੰਨੇ ਲੰਬੜਦਾਰਾਂ ਨੇ ਰਾਜ ਫੜੇ ਗਏ ਕਿਸੇ ਸੁਨੇਹੀ ਦੀ ਕੀਮਤ ਜਿਵੇਂ ਕੋਈ ਗੁਪਤ ਗੱਲ ਸੀ ਆਪਣੀਆਂ ਜਿੰਦੜੀਆਂ ਨਾਲ ਤਾਰੀ ਸੀ ਪਰ ਜੇਲ੍ਹ ਦੀ ਜਥੇਬੰਦੀ ਦਾ ਕਾਨੂੰਨ ਬੜੀ ਬੇਰਹਿਮੀ ਨਾਲ ਉਹਨਾਂ ਦੀ ਥਾਂ ਆਉਣ ਵਾਲਿਆਂ ਤੋਂ ਇਹ ਮੰਗ ਕਰਦਾ ਸੀ ਕਿ ਉਹ ਖਤਰਨਾਕ ਕੰਮ ਜਾਰੀ ਰੱਖਣ ਇਹ ਬਹੁਤ ਹੀ ਔਖਾ ਗੁਪਤ ਕੰਮ ਹੈ ਬਿਲਕੁਲ ਉਹਨਾਂ ਲੋਕਾਂ ਦੀ ਮੌਜੂਦਗੀ 'ਚ ਜੋ ਹਰ ਵਿਰੋਧ ਤਾਨੂੰ ਕੁਚਲ ਦੇਣ ਤੇ ਤੁਲੇ ਹੋਏ ਹਨ ਪਹਿਰੇਦਾਰਾਂ ਦੀਆਂ ਨਜ਼ਰਾਂ ਹੇਠ ਉਹਨਾਂ ਵੱਲੋਂ ਦਿੱਤੇ ਆਦੇਹਾਂ ਰਾਈ ਵੈਰੀ ਵੱਲੋਂ ਕਾਇਮ ਕੀਤੇ ਕਰੜੇ ਕਾਨੂੰਨਾਂ ਹੇਠ ਸਭ ਤੋਂ ਮੁਸ਼ਕਲ ਹਾਲਾਤਾਂ ਵਿੱਚ ਗੈਰ ਕਾਨੂੰਨੀ ਕੰਮ ਬਾਰੇ ਤੁਸੀਂ ਬਾਅਦ ਜੋ ਕੁਝ ਵੀ ਸਿੱਖਿਆ ਇਥੇ ਨਾ ਕਾਫੀ ਹੈ ਪਰ ਕੰਮ ਤੁਹਾਨੂੰ ਉਹਨਾਂ ਹੀ ਉਹਨਾਂ ਹੀ ਜਾਂ ਉਸ ਤੋਂ ਵੀ ਵੱਧ ਕਰਨ ਦੀ ਲੋੜ ਹੁੰਦੀ ਹੈ ਗੈਰ ਕਾਨੂੰਨੀ ਕੰਮ ਕਰਨ ਦੇ ਉਸਤਾਦ ਬਾਅਦ ਵੀ ਹੁੰਦੇ ਇਥੇ ਲੰਬੜਦਾਰਾਂ ਵਿੱਚ ਵੀ ਹਨ ਚੱਤਸ ਕੋ ਰੇਪਾ ਇਸੇ ਤਰ੍ਹਾਂ ਦਾ ਹੀ ਹੰਡਿਆ ਹੋਇਆ ਉਸਤਾਦ ਹੈ ਵੇਖਣ 'ਚ ਚੁੱਪ ਤੇ ਸਿੱਧਾ ਪਰ ਮੱਛੀ ਵਾਂਗ ਤੇਜ਼ ਤੇ ਫੁਰਤੀਲਾ ਪਹਿਰੇਦਾਰੋ ਦੀ ਸਿਫਤ ਕਰਦੇ ਹਨ ਵੇਖੋ ਵਿਚਾਰਾ ਕਿੰਨਾ ਮਿਹਨਤੀ ਹੈ ਕਿੰਨਾ ਵਿਸ਼ਵਾਸਯੋਗ ਸਿਰਫ ਆਪਣੇ ਕੰਮ 'ਚ ਮਸਤ ਰਹਿੰਦਾ ਹੈ ਉਹ ਦੂਜੇ ਲੰਬੜਦਾਰਾਂ ਨੂੰ ਉਹਦੀ ਪੈੜ ਤੇ ਚੱਲਣ ਲਈ ਕਹਿੰਦੇ ਹਾਂ ਲੰਬੜਦਾਰੋ ਜ਼ਰੂਰ ਉਹਦੀਆਂ ਪੈੜਾਂ ਤੇ ਚੱਲੋ ਇਹ ਸੱਚਮੁੱਚ ਹੀ ਕੈਦੀਆਂ ਦੇ ਨਮੂਨੇ ਦੇ ਲੰਬੜਦਾਰਾਂ ਚੋਂ ਸੀ ਜੇਲ੍ਹ ਦੀ ਜਥੇਬੰਦੀ ਦਾ ਸਭ ਤੋਂ ਵੱਧ ਮਜ਼ਬੂਤ ਤੇ ਤੇਜ਼ ਅਹਿਸਾਸ ਵਾਲਾ ਅੰਗ ਤਨੂੰ ਪਤਾ ਹੈ ਕਿ ਕਿਸ ਕੋਠੜੀ ਚ ਕੌਣ ਹੈ ਉਹ ਹਰ ਨਵੇਂ ਆਉਣ ਵਾਲੇ ਨੂੰ ਪਹਿਲੇ ਪਲ ਹੀ ਪਛਾਣ ਲੈਂਦਾ ਹੈ ਉਹ ਇੱਥੇ ਕਿਉਂ ਆਇਆ ਉਹਦੇ ਕਿਹਨਾਂ ਨਾਲ ਸਬੰਧ ਹਨ ਬਾਹਰ ਸਾਥੀਆਂ ਦਾ ਵਿਚਾਰ ਕਿਉਂ ਜਿਆਸੀ ਉਹ ਜੇ ਸਭ ਮਾਮਲਿਆਂ ਦਾ ਡੂੰਘਾ ਅਧਿਐਨ ਕਰਦਾ ਹੈ ਤੇ ਉਹਨਾਂ ਨੂੰ ਸੁਲਝਾਉਣ ਦਾ ਯਤਨ ਕਰਦਾ ਹੈ ਇਹ ਹੈ ਵੀ ਜ਼ਰੂਰੀ ਜੇ ਉਹਨਾਂ ਸਾਰੇ ਉਹਨਾਂ ਰਾਹੀਂ ਉਹਨਾਂ ਬਾਹਰਲੇ ਸਾਥੀਆਂ ਨਾਲ ਸਬੰਧ ਰੱਖਣੇ ਹਨ ਤੇ ਸਮੇਂ-ਸਮੇਂ 'ਤੇ ਨਿਗਾਹ ਸਲਾਹ ਦੇਣੀ ਅਤੇ ਇੰਜ ਕਰਨਾ ਕੁਦਰਤੀ ਹੈ ਉਹ ਦੁਸ਼ਮਣ ਨੂੰ ਵੀ ਜਾਣਦਾ ਹੈ ਉਹ ਹਰ ਪੈਰੇਦਾਰ ਨੂੰ ਗੌਰ ਨਾਲ ਵਾਚਦਾ ਹੈ ਉਹਦੀ ਆਦਤਾਂ ਉਹਦੀਆਂ ਤਕੜਾਈਆਂ ਤੇ ਕਮਜ਼ੋਰੀਆਂ ਨੂੰ ਕਿਸੇ ਗੱਲੋਂ ਉਹਦੇ ਕੋਲ ਹੋਸ਼ਿਆਰ ਰਹਿਣਾ ਹੈ ਉਹ ਕਿਸ ਕੰਮ ਲਈ ਵਰਤਿਆ ਜਾ ਸਕਦਾ ਹੈ ਉਹਨੂੰ ਧੋਖਾ ਕਿਵੇਂ ਦਿੱਤਾ ਜਾ ਸਕਦਾ ਹੈ ਜਾਂ ਉਹਨੂੰ ਕੁਰਾਹੀ ਕਿਵੇਂ ਪਾਇਆ ਜਾ ਸਕਦਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿਕੋਰੂਪਾ ਆਪਣਾ ਫਰਜ਼ ਪਛਾਣਦਾ ਹੈ ਉਹ ਕਮਿਊਨਿਸਟ ਹੈ ਜੋ ਜਾਣਦਾ ਹੈ ਉਹਨੂੰ ਹਰ ਪਲ ਕਮਿਊਨਿਸਟ ਬਣੇ ਰਹਿਣਾ ਚਾਹੀਦਾ ਹੈ ਕਿ ਹੱਥ ਤੇ ਹੱਥ ਰੱਖ ਕੇ ਬੈਠਣ ਤੇ ਕੰਮ ਨੂੰ ਆਪਣੇ ਆਪ ਚੱਲਦੇ ਰਹਿਣ ਦੇਣ ਦਾ ਕੋਈ ਸਮਾਂ ਜਾਂ ਥਾਂ ਨਹੀਂ ਹੈ ਮੈਂ ਤਾਂ ਕਹਾਂਗਾ ਸਭ ਤੋਂ ਵੱਧ ਖਤਰੇ ਤੇ ਸਭ ਤੋਂ ਵੱਡੇ ਦਬਾਅ ਵਿੱਚ ਘਰ ਆਪਣੇ ਲਈ ਸਭ ਤੋਂ ਚੰਗੀ ਥਾਂ ਤੇ ਹੈ ਇੱਥੇ ਰਹਿ ਕੇ ਤਾਂ ਉਹਨੇ ਵਿਕਾਸ ਵੀ ਕੀਤਾ ਹੈ ਹਾਲਾਤ ਅਨੁਸਾਰ ਢਲ ਸਕਣ ਵਾਲੀ ਲਚਕ ਉਸ ਚ ਹੈ ਹਰ ਦਿਨ ਹਰ ਕੜੀ ਨਵੇਂ ਹਾਲਾਤ ਲੈ ਕੇ ਆਉਂਦੀ ਹੈ ਜੋ ਨਵੇਂ ਤਰੀਕਿਆਂ ਦੀ ਮੰਗ ਕਰਦੇ ਹੈ ਉਹਨਾਂ ਨੂੰ ਬੜੀ ਤੇਜ਼ੀ ਤੇ ਹੁਸ਼ਿਆਰੀ ਨਾਲ ਖੋਜ ਲੈਂਦਾ ਹੈ ਉਹ ਕੰਮ ਕੁਝ ਪਲਾਂਚੀ ਕਰ ਲੈਂਦਾ ਤੇ ਇੱਕ ਕੋਠੀ ਦੇ ਦਰਵਾਜ਼ੇ ਤੇ دستਕ ਦੇਣ ਦਰਵਾਜ਼ੇ ਦੀ ਵਿਰਲ ਵਿੱਚ ਉਹ ਪਹਿਲਾਂ ਹੀ ਤਿਆਰ ਕੀਤਾ ਸੁਨੇਹਾ ਸੁਣਨ ਤੇ ਵਰਾਂਡੇ ਦੇ ਦੂਸਰੇ ਸਿਰੇ ਦੀ ਕੋਠੀ ਤੱਕ ਠੀਕ ਠੀਕ ਪਹੁੰਚਾਣ ਲਈ ਇਹ ਪਾਲੀ ਕਾਫੀ ਹਨ ਤੇ ਸਭ ਕੁਝ ਉਹ ਇਸ ਸਮੇਂ ਦੌਰਾਨ ਹੀ ਕਰ ਲੈਂਦਾ ਜਦੋਂ ਪਹਿਰੇਦਾਰ ਹੀਠਾਂ ਜਾਂਦਾ ਹੈ ਤੇ ਉਹਦੀ ਥਾਂ ਲੈਣ ਲਈ ਨਵਾਂ ਪਹਿਰ ਦਾ ਪਹਿਰੇਦਾਰ ਉੱਪਰ ਆਉਂਦਾ ਹੈ ਉਹ ਬਹੁਤ ਖਬਰਦਾਰ ਰਹਿੰਦਾ ਤੇ ਬੰਦਲ ਦਾ ਕਦੇ ਵੀ ਨਹੀਂ ਜੇਲ੍ਹ ਚੋਂ ਭੇਜੇਗੇ ਸੈਂਕੜੇ ਸੁਨੇਹੇ ਉਦੇ ਹੱਥੀ ਲੰਘ ਗਏ ਹਨ ਜਿਨ੍ਹਾਂ 'ਚੋਂ ਇੱਕ ਵੀ ਫੜਿਆ ਨਹੀਂ ਗਿਆ ਕਿਸੇ ਨੂੰ ਸ਼ੱਕ ਤੱਕ ਵੀ ਨਹੀਂ ਸੀ ਪਿਆ ਉਹਨੂੰ ਬਿਨਾਂ ਦੱਸਿਆ ਹੀ ਪਤਾ ਲੱਗ ਜਾਂਦਾ ਕਿ ਕੰਮ ਮੁਸ਼ਕਲ ਚ ਹੈ ਕਿ ਇਹਨੂੰ ਬਾਹਰਲੇ ਹਾਲਾਤ ਬਾਰੇ ਕੁਝ ਦੱਸ ਕੇ ਹੌਸਲਾ ਦੇਣ ਦੀ ਲੋੜ ਹੈ ਜਦੋਂ ਕਿਸੇ ਆਦਮੀ ਨੂੰ ਨਿਰਾਸ਼ਾ ਵਿਰੁੱਧ ਲੜਨ ਲਈ ਤਾਕਤ ਦੀ ਲੋੜ ਹੁੰਦੀ ਹੈ ਤਾਂ ਉਹ ਜਾਣ ਜਾਂਦਾ ਹੈ ਕਿ ਕਿਸੇ ਨੂੰ ਉਹ ਆਪਣੀਆਂ ਪਿਓ ਪਿਆਰ ਨਾਲ ਭਰੀਆਂ ਅੱਖਾਂ ਦੀ ਉੱਚੀ ਚਿਤਕਣੀ ਨਾਲ ਹੌਸਲਾ ਦੇ ਸਕਦਾ ਉਹਨੂੰ ਪਤਾ ਹੈ ਕਿਸੇ ਨੂੰ ਵਾਧੂ ਰੋਟੀ ਜਾਂ ਤਰੀ ਦੀ ਕਟਛੀ ਦੀ ਲੋੜ ਹੈ ਤਾਂ ਕਿ ਉਹ ਭੁੱਖੇ ਰੱਖਣ ਵਾਲੀ ਸਜ਼ਾ ਦੇ ਆਉਣ ਵਾਲੇ ਦੌਰ ਜੰਗੀ ਜੋਗੀ ਤਾਕਤ ਜਮਾ ਕਰ ਲੇ। ਉਹ ਇਹ ਚੀਜ਼ਾਂ ਆਪਣੇ ਵਿਸ਼ਾਲ ਤਜਰਬੇ ਤੇ ਕੋਮਲ ਭਾਵਨਾਵਾਂ ਕਰਕੇ ਜਾਣਦਾ ਹੈ ਤੇ ਫਿਰ ਹਰ ਮਾਮਲੇ 'ਚ ਜਸਟਿਸ ਦੀ ਲੋੜ ਹੁੰਦੀ ਕਰ ਦਿੰਦਾ ਹੈ। ਇਹ ਜੋ ਚਾਚਾ ਸਕੋਰ ਹੈ ਪਾ ਇੱਕ ਮਜ਼ਬੂਤ ਤੇ ਨਿਡਰ ਸਿਪਾਹੀ ਇੱਕ ਸਹੀ ਮਨੁੱਖ। ਮੈਂ ਚਾਹਣਾ ਤੁਸੀਂ ਜੋਏ ਨੂੰ ਇੱਕ ਦਿਨ ਪੜੋਗੇ ਉਹ ਸੰਦਰ ਸਿਰਫ ਇੱਕ ਆਦਮੀ ਨਾ ਵੇਖਿਓ ਸਗੋਂ ਸਭ ਤੋਂ ਚੰਗੀ ਕਿਸਮ ਦਾ ਲੰਬੜਦਾਰ ਪਛਾਣਿਓ ਜਿਨੇ ਜ਼ਾਲਿਮਾਂ ਵੱਲੋਂ ਠੋਸੇਗੇ ਕੰਮ ਨੂੰ ਮਜ਼ਲੂਮਾਂ ਲਈ ਕੰਮ ਚ ਬਦਲਿਆ ਹੋਵੇ ਇੱਥੇ ਤਾਂ ਸਿਰਫ ਇੱਕ ਹੀ ਚਾਚਾ ਕੋਰਾਪਾ ਪਰ ਵਕਫ ਵਕ ਮਨੁੱਖੀ ਸ਼ਕਲਾਂ ਵਾਲੀ ਹੋਰ ਵੀ ਬਹੁਤ ਸਾਰੇ ਹਨ ਜੋ ਸਾਂਝੇ ਅਦਰਸ਼ ਲਈ ਇੱਥੇ ਪੰਕਰਾਤਸ ਤੇ ਪਿਚੈ ਇਮਾਰਤ ਵਿੱਚ ਕੰਮ ਕਰ ਰਹੇ ਨੇ ਪਰ ਮੈਨੂੰ ਅਫਸੋਸ ਹੈ ਕਿ ਕੁਝ ਘੰਟੇ ਹੀ ਬਾਕੀ ਰਹਿ ਗਏ ਹਨ ਬਹੁਤ ਹੀ ਘੱਟ ਸਮਾਂ ਉਸ ਗੀਤ ਲਈ ਜੋ ਗਾਇਆ ਜਾਂਦਾ ਬਿੰਦ ਲਈ पर जीवया ਜਾਂਦਾ ਹੈ ਬਹੁਤ ਦੇਰ ਸੋ ਹੁਣ ਸਿਰਫ ਥੋੜੇ ਜੇ ਹੋਰ ਨਾਵਾਂ ਲਈ ਇਹਨਾਂ ਬਹੁਤ ਸਾਰਿਆਂ ਵਿੱਚੋਂ ਕੁਝ ਉਦਾਹਰਨਾਂ ਲਈ ਵਕਤ ਬਾਕੀ ਹੈ ਜੋ ਯਾਦ ਰੱਖੇ ਜਾਣ ਦੇ ਹੱਕਦਾਰ ਹਨ ਰੋਨੈਕ ਜੋਸਫ ਤਰਿੰਗਲ ਸਖਤ ੜਕ ਉੱਠਣ ਵਾਲਾ ਤੇ ਕੁਰਬਾਨ ਹੋ ਜਾਣ ਵਾਲਾ ਆਦਮੀ ਜਿਸਦਾ ਪਿਛੈ ਇਮਾਰਤ ਤੇ ਇਸ ਵਿੱਚ ਸਾਡੇ ਸੰਘਰਸ਼ ਦੇ ਇਤਿਹਾਸ ਨਾਲ ਸੰਬੰਧ ਹੈ ਇਸੇ ਦੀ ਕਿਸਮ ਦਾ ਉਹਦਾ ਅਨਿਖੜਵਾ ਨੇਕ ਦਿਲ ਸਾਥੀ ਜੋਬਰ ਵਿਧੂ ਡਾਕਟਰ ਮਿਲੋਸ਼ ਨਟਵੇਦ ਸੋਨਾ ਤੇ ਅਨਖੀਲਾ ਗਬਰੂ ਜੀ ਨੇ ਸਾਡੇ ਕੈਦੀ ਸਾਥੀਆਂ ਦੀ ਰੋਜ਼ਾਨਾ ਸਹਾਇਤਾ ਬਦਲੇ ਉਸ ਵਿਅਸਮ ਵਿਖੇ ਆਪਣੇ ਜਾਨ ਕੁਰਬਾਨ ਕੀਤੀ ਅਰਨੋਟਸ ਲੋਰੈਂਸ ਜੀ ਦੀ ਪਤਨੀ ਨੂੰ ਇਸ ਕਰਕੇ ਗੋਲੀ ਮਾਰਤੀ ਗਈ ਕਿਉਂਕਿ ਉਹਦੇ ਪਤੀ ਨੇ ਆਪਣੇ ਸਾਥੀਆਂ ਨਾਲ ਵਿਸ਼ਵਾਸ ਘਾਤ ਕਰਨੋਂ ਇਨਕਾਰ ਕਰ ਦਿੱਤਾ ਸੀ ਇੱਕ ਮਨੁੱਖ ਜੋ ਆਪਣੇ ਦੋਸਤਾਂ ਨੂੰ ਨੰਬਰ 400 ਦੇ ਲੰਬੜਦਾਰਾਂ ਤੇ ਉਹਨਾਂ ਦੀ ਜਥੇਬੰਦੀ ਨੂੰ ਬਚਾਉਣ ਲਈ 1 ਸਾਲ ਪਿੱਛੋਂ ਖੁਦ ਮੌਤ ਦੀ ਗੋਚ ਚਲਾ ਗਿਆ ਵਸ਼ਯਕ ਰਾਸਕੂ ਸ਼ਾਨਦਾਰ ਤੇ ਕਦੇ ਨਾ ਕੁਮਲਾਉਣ ਵਾਲੀ ਹਸਦੇ ਦਿਲ ਦਾ ਮਾਲਕ ਐਨੀ ਵਿਕੋਵਾ ਇੱਕ ਅੱਖਰ ਨਾ ਦੱਸਣ ਵਾਲੀ ਤੇ ਅੰਤ ਤੱਕ ਵਫਾਦਾਰ ਜਿਹਨੂੰ ਮਾਰਸ਼ਲ ਲਾਦਰਨ ਗੋਲੀ ਨਾਲ ਉਡਾ ਦਿੱਤਾ ਗਿਆ ਸਪ੍ਰਿੰਗਰ ਉਹ ਹੁਸ਼ਿਆਰ ਸਦਾ ਖਿੜਿਆ ਲਾਇਬ੍ਰੇਰੀਅਨ ਜੋ ਲੋੜੀਂਦਾ ਕੰਮ ਕਰਨ ਲਈ ਸਦਾ ਨਵੇਂ ਢੰਗ ਤਰੀਕੇ ਲੱਭ ਲੈਂਦਾ ਸੀ ਸ਼ੀਲੇ ਬਿਲੇਕ ਉਸ ਸੋਲ ਜਵਾਨ ਬਿਲੇਕ ਉਸ ਸੋਲ ਜਵਾਨ ਇਹ ਸਿਰਫ ਉਦਾਹਰਨਾ ਹਨ ਨਮੂਨੇ ਸ਼ਖਸੀਅਤਾਂ ਛੋਟੀਆਂ ਜਾਂ ਵੱਡੀਆਂ ਪਰ ਸਦਾ ਅਸਲੀ ਪਾਤਰ ਕਦੇ ਵੀ ਨਿਰੇ ਪਰਛਾਵੇਂ ਨਹੀਂ ਧੰਨਵਾਦ